ਰੇਡੀਓ ਚੰਨ ਪਰਦੇਸੀ ਸੁਣਦੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਸੱਜਣੋ। ਇਸ ਵਾਰੀ ਫੇਰ ਅਸੀਂ ਥੋੜਾ ਧੰਨਵਾਦ ਕਰਨ ਦੇ ਵਾਸਤੇ ਜੁੜੇ ਹਾਂ ਔਰ ਇਸ ਵਕਤ ਪਰਮਵੀਰ ਸਿੰਘ ਬਾਠ ਆਪਣੇ ਨਾਲ ਹਾਜ਼ਰ ਨੇ ਤੇ ਧੰਨਵਾਦੀ ਹਾਂ ਅਸੀਂ ਬਾਈ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਰ ਸਾਹਿਬ ਕੈਨੇਡਾ ਤੇ ਪਿੰਡ ਸਿੰਧ ਮਾਨਦੋਨਾ ਜ਼ਿਲ੍ਹਾ ਕਪੂਰਥਲਾ ਵਾਲਿਆਂ ਦੇ ਤੇ ਗਲੋਬਲ ਅਲਾਇੰਸ ਵਾਲਿਆਂ ਦਾ ਸੁਨੇਹਾ ਦੇ ਦਈਏ ਜੀ। ਇਹ ਕਹਿੰਦੇ ਕਿ ਸਾਰੇ ਅਮਰੀਕਾ ਚ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ, ਫੈਮਿਲੀ ਇਮੀਗ੍ਰੇਸ਼ਨ ਗੁਰੂ ਘਰ ਦੇ ਗ੍ਰੰਥੀਆਂ ਦੇ ਵਾਸਤੇ ਵੀਜ਼ਾ, ਗ੍ਰੀਨ ਕਾਰਡ ਐਪਲੀਕੇਸ਼ਨ, ਇੰਡੀਆ ਦਾ ਵੀਜ਼ਾ, ਓਸੀਆਈ ਤੇ ਪਾਸਪੋਰਟ, ਸਿਟੀਜ਼ਨਸ਼ਿਪ ਐਪਲੀਕੇਸ਼ਨ ਜਾਂ ਟੈਸਟ ਦੀ ਤਿਆਰੀ ਕਰਨੀ ਹੈ ਤਾਂ ਫਿਰ ਡਾਇਲ ਕਰ ਲਓ 209-808-2136 ਦੇ ਉੱਤੇ ਅਤੁਲ ਕਪੂਰ ਜੀ ਹੋਰਾਂ ਦੇ ਨਾਲ ਤੇ ਵਟਸਐਪ ਸਵਾਗਤ ਜੀ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ ਸੁਖਨਾਬ ਜੀ। ਰੇਡੀਓ ਚੰਨ ਪਰਦੇਸੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖ਼ਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ, USA ਵਾਲਿਆਂ ਵੱਲੋਂ। ਵਟਸਐਪ ਰਾਣਾ ਗੁਰਜੀਤ ਹੋਰਾਂ ਦਾ ਮਾਮਲਾ ਹੈ, ਜਿਹੜੀ ਇੱਕ ਸਟੇਟਮੈਂਟ ਦਿੱਤੀ ਹੈ ਇਹ ਕਾਫੀ ਚਰਚਾ ਚ ਹੈ। ਅਕਾਲੀ ਦਲ ਵਾਲੇ ਕਹਿੰਦੇ ਜੀ ਹੁਣ ਤਾਂ ਕੈਪਟਨ ਸਾਹਿਬ ਅਸਤੀਫਾ ਦੇ ਹੀ ਦਿਓ ਤੇ, ਪਰ ਇਸ ਗੱਲ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਾਇਜ਼ ਕਿਹਾ ਕਿ ਨਾਜਾਇਜ਼ ਕਿਹਾ? ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਸਭ ਤੋਂ ਜਿਹੜੀ ਅਹਿਮ ਪ੍ਰਤੀਕਿਰਿਆ ਆਉਣੀ ਸੀ ਉਹ ਸੁਖਪਾਲ ਸਿੰਘ ਖਹਿਰਾ ਵੱਲੋਂ ਆਉਣੀ ਸੀ, ਕਿਉਂਕਿ ਪਿਛਲੇ ਦਿਨਾਂ ਚ ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਦੀ ਸਿਆਸੀ ਤੌਰ ਦੇ ਉੱਤੇ ਜਿਹੜੀ ਖਹਿਬਾਜੀ ਸੀ ਉਹ ਬਿਲਕੁਲ ਸਿਖਰ ਤੇ ਪੁੱਜਦੀ ਰਹੀ। ਪਰ ਇੱਥੇ ਹੈਰਾਨੀ ਵਾਲੀ ਗੱਲ ਹੈ ਕਿ ਸੁਖਪਾਲ ਸਿੰਘ ਖਹਿਰਾ ਨੇ ਅਜੇ ਤੱਕ ਕੋਈ ਬਹੁਤਾ ਜ਼ਿਆਦਾ ਤਿੱਖਾ, ਮਿੱਠਾ, ਕੌੜਾ, ਖੱਟਾ ਕੋਈ ਏਡਾ ਵੱਡਾ ਪ੍ਰਤੀਕਰਮ ਦਿੱਤਾ ਨਹੀਂ ਜਿਹਨੂੰ ਸਪੈਸ਼ਲੀ ਵਿਸ਼ੇਸ਼ ਤੌਰ ਤੇ ਕੋਟ ਕੀਤਾ ਜਾ ਸਕੇ। ਹੁਣ ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ ਨੇ, ਮੌਜੂਦਾ MLA ਨੇ, ਤੇ ਜਦੋਂ ਕਪੂਰਥਲੇ ਦੇ ਵਿੱਚ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਦੋ ਲੜਕੀਆਂ ਆਈਆਂ, ਉਹਨਾਂ ਕਹਿ ਦਿੱਤਾ ਜੀ ਸਾਨੂੰ ਪੁਲਿਸ ਦੇ ਕਰਮਚਾਰੀਆਂ ਨੇ ਅਫਸਰਾਂ ਨੇ ਨਸ਼ੇ ਤੇ ਲਾਇਆ ਜੀ। ਉਸ ਸਾਰੀ ਪ੍ਰਕਿਰਿਆ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਤੋਂ ਸਵਾਲ ਪੁੱਛੇ ਗਏ ਸੀ ਤੇ ਉਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਰਾਣਾ ਗੁਰਜੀਤ ਸਿੰਘ ਇੰਨਾ ਕੁਝ ਕਹਿ ਗਏ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਭੁਚਾਲ ਵਰਗਾ ਬਣਿਆ ਹੋਇਆ। ਹੁਣ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਇਹ ਆਖਿਆ ਸੀ, ਕਹਿੰਦੇ ਇੱਥੇ ਕੋਈ ਨੀ ਪੁੱਛਦਾ ਜੀ। ਉਹ ਜਿਹੜੀ ਕੋਈ ਨੀ ਪੁੱਛਦਾ ਵਾਲੀ ਸਟੇਟਮੈਂਟ ਸੀ ਉਹ ਸਭ ਤੋਂ ਵੱਧ ਜ਼ਿਆਦਾ ਉੱਪਰ ਨੂੰ ਗਈ। ਉਹਨਾਂ ਇਹ ਵੀ ਕਿਹਾ ਕਿ ਮੈਂ ਪੰਜਾਬ ਦੀ ਮੌਜੂਦਾ ਸਰਕਾਰ ਦਾ ਹਿੱਸਾ, ਇਹਦੇ ਬਾਵਜੂਦ ਵੀ ਮੈਂ ਇਹ ਕਹਿ ਰਿਹਾ ਕਿ ਬਹੁਤੀ ਵਾਰ ਕਾਰਵਾਈ ਸਮੇਂ ਸਿਰ ਨਹੀਂ ਹੁੰਦੀ। ਉਹਨਾਂ ਨੇ ਜਿਹੜਾ 15 ਮਹੀਨੇ ਪੁਰਾਣਾ ਆਪਣਾ ਕਿੱਸਾ ਛੇੜ ਲਿਆ ਸੀ ਉਹਦੇ ਕਰਕੇ ਅਕਾਲੀ ਦਲ ਦੇ ਹੱਥ ਬਹੁਤ ਵੱਡਾ ਮੁੱਦਾ ਆ ਗਿਆ ਜੀ। ਕਿਉਂਕਿ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਾਡੇ ਕਪੂਰਥਲੇ ਦੇ ਵਿੱਚ ਇੱਕ ASI ਤਾਇਨਾਤ ਸੀ, ਉਹਦੇ ਉੱਤੇ ਦੋਸ਼ ਲੱਗਾ ਕਿ ਉਹਨੇ ਆਪਣੇ ਦਫ਼ਤਰ ਦੇ ਵਿੱਚ ਸੱਦ ਕੇ ਮੁੰਡਿਆਂ ਨੂੰ ਸਮੈਕ ਪਿਆਈ ਹੈ ਜੀ। ਤੇ ਕਹਿੰਦੇ ਜਦੋਂ ਮੇਰੇ ਕੋਲ 15-20 ਉੱਪਰੋਂ ਥਲੀ ਸ਼ਿਕਾਇਤਾਂ ਆ ਗਈਆਂ ਤੇ ਮੈਂ ਅੱਗੇ ਫਾਰਵਰਡ ਕੀਤੀਆਂ ਸ਼ਿਕਾਇਤਾਂ, ਪਰ ਅੱਜ ਤੱਕ ਕਹਿੰਦੇ ਮੇਰੀ ਮੰਤਰੀ ਦੀ ਕੁਰਸੀ ਚਲੇਗੀ। 15 ਮਹੀਨੇ ਹੋ ਗਏ, ਸਰਕਾਰ ਦੇ 36 ਮਹੀਨੇ ਬਾਕੀ ਰਹਿ ਗਏ, ਪਰ ਇਹਦੇ ਬਾਵਜੂਦ ਵੀ ਕਹਿੰਦੇ ਉਸ ਬੰਦੇ ਦੇ ਉੱਤੇ ਕਾਰਵਾਈ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨੂੰ ਤਰੱਕੀ ਦੇ ਕੇ ASI ਤੋਂ SI ਬਣਾਤਾ, ਸਬ ਇੰਸਪੈਕਟਰ ਬਣਾਤਾ ਜੀ, ਤੇ ਜਲੰਧਰ ਦੇ ਵਿੱਚ ਉਹ ਤਾਇਨਾਤ ਆ। ਇਹ ਗੱਲ ਕਹਿਣ ਦੀ ਦੇਰ ਸੀ ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦੇ ਬਿਆਨ ਦਾ ਤੁਸੀਂ ਜ਼ਿਕਰ ਕੀਤਾ, ਉਹ ਬਿਆਨ ਆ ਗਿਆ ਜੀ। ਉਹ ਸਾਬਕਾ ਕੈਬਨਿਟ ਮੰਤਰੀ ਨੇ, ਅਕਾਲੀ ਦਲ ਦੇ ਬੁਲਾਰੇ ਆ, ਉਹਨਾਂ ਨੇ ਸਭ ਤੋਂ ਪਹਿਲੀ ਗੱਲ ਇਹ ਕੀਤੀ, ਉਹ ਕਹਿੰਦੇ ਜੀ ਦੇਖੋ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਦੀਆਂ, ਪੰਜਾਬ ਪੁਲਿਸ ਦੀਆਂ ਨਸ਼ੇ ਦੇ ਮਾਮਲੇ ਚ ਇਨਵੋਲਵਮੈਂਟ ਦੀਆਂ ਸਾਰੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ। ਇਦਾਂ ਦਾ ਕਹਿੰਦੇ ਮਸਲਾ ਸਾਹਮਣੇ ਆ ਗਿਆ ਕਿ ਹੁਣ ਤਾਂ ਨੈਤਿਕ ਤੌਰ ਦੇ ਉੱਤੇ ਜੇ ਵੇਖਿਆ ਜਾਏ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਬਿਨਾਂ ਇੱਕ ਮਿੰਟ ਵੀ ਖਰਾਬ ਕੀਤਿਆਂ ਅਸਤੀਫਾ ਦੇ ਦੇਣਾ ਚਾਹੀਦਾ ਜੀ। ਉਹਨਾਂ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਕਿ ਲੋਕਾਂ ਦੇ ਲੂੰ ਕੰਡੇ ਖੜੇ ਹੋ ਗਏ ਆ ਜੋ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਆਖਿਆ ਕਿ ਜੇ ਇੱਕ ਕੈਬਨਿਟ ਮੰਤਰੀ ਜਾਂ ਸਾਬਕਾ ਕੈਬਨਿਟ ਮੰਤਰੀ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਪੰਜਾਬ ਦੇ ਆਮ ਲੋਕ ਇਨਸਾਫ਼ ਕਿੱਥੋਂ ਭਾਲਦੇ ਆ। ਇਸ ਕਰਕੇ ਉਹ ਕਹਿੰਦੇ ਕਿ ਕੈਪਟਨ ਸਾਹਿਬ ਹੁਣ ਅਸਤੀਫਾ ਦੇ ਹੀ ਦੇਣ। ਚਲੋ ਉਹਨਾਂ ਨੇ ਜੋ ਕੁਝ ਆਖਿਆ ਠੀਕ ਆਖਿਆ ਹੋਣਾ, ਪਰ ਸੁਖਨੈਬ ਜੀ ਇੱਥੇ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਜੀ, ਉਹਨਾਂ ਨੇ ਕਪੂਰਥਲੇ ਦੀਆਂ ਦੋ ਉਹਨਾਂ ਲੜਕੀਆਂ ਦਾ ਵੀ ਜ਼ਿਕਰ ਕੀਤਾ ਜਿਹੜੀਆਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਸੀ, ਉਹ ਜ਼ਿਕਰ ਤਾਂ ਉਹਨਾਂ ਨੇ ਕਰ ਦਿੱਤਾ। ਕਹਿੰਦੇ ਦੇਖੋ ਜੀ ਦੋ ਲੜਕੀਆਂ ਨੇ ਵੀ ਕਹਿ ਦਿੱਤਾ, ਪਰ ਉਹ ਇਸ ਗੱਲ ਨੂੰ ਚੇਤਾ ਭੁੱਲ ਗਿਆ ਕਿ ਉਹਨਾਂ ਲੜਕੀਆਂ ਨੇ ਵੀ ਕਿਹਾ ਸੀ ਕਿ ਅਸੀਂ ਸਮੈਕ ਪੀਣੀ, ਹੈਰੋਇਨ ਪੀਣੀ 5-6 ਸਾਲ ਪਹਿਲਾਂ ਸ਼ੁਰੂ ਕੀਤੀ ਜੀ। ਤੇ ਜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਇਹ ਅਸਫਲਤਾ ਕਿ ਉਹ ਅਜੇ ਤੱਕ ਵੀ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਦੇ ਕਾਰੋਬਾਰ ਨੂੰ ਥੰਮ ਨਹੀਂ ਸਕੇ, ਘਟਾ ਨਹੀਂ ਸਕੇ, ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਕਿ 5-6 ਸਾਲ ਪਹਿਲਾਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ, ਉਦੋਂ ਵੀ ਉਹ ਲੜਕੀਆਂ ਨਸ਼ੇ ਕਰਦੀਆਂ ਸੀ, ਜਿਹੜੇ ਪੁਲਿਸ ਦੇ ਕਰਮਚਾਰੀਆਂ ਤੇ ਉਹਨਾਂ ਨੇ ਦੋਸ਼ ਲਾਏ ਨੇ
ਉਹ ਪੁਲਿਸ ਕਰਮਚਾਰੀਆਂ ਤੇ ਦੋਸ਼ ਉਦੋਂ ਵੀ ਪ੍ਰਸੰਗਿਕ ਸੀ, ਅੱਜ ਵੀ ਪ੍ਰਸੰਗਿਕ ਨੇ। ਇਸ ਕਰਕੇ ਜੇ ਬਹੁਤੀ ਅਸਫਲਤਾ ਕੈਪਟਨ ਸਾਹਿਬ ਦੀ ਸਰਕਾਰ ਦੀ ਹੈ ਤਾਂ ਕਚਹਿਰੀ ਦੇ ਵਿੱਚੋਂ ਬਰੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਨਹੀਂ ਹੋ ਸਕਦੇ, ਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਨੇ ਉਹ ਤਾਂ ਸੁਖਨਾ ਉਦੋਂ ਕੈਬਨਿਟ ਮੰਤਰੀ ਸੀਗੇ। ਸੋ ਜ਼ਿੰਮੇਵਾਰੀਆਂ ਤਾਂ ਜ਼ਿੰਮੇਵਾਰੀਆਂ ਹੀ ਆ ਨਾ, ਕੋਈ ਵੀ ਬੰਦਾ ਭੱਜ ਨਹੀਂ ਸਕਦਾ। ਹੁਣ ਰਾਣਾ ਗੁਰਜੀਤ ਸਿੰਘ ਹੋਰੀ ਕਹਿੰਦੇ ਕਿ ਮੈਂ ਆਪਣੀ ਸਰਕਾਰ ਦੇ ਖਿਲਾਫ਼ ਨਹੀਂ ਕੁਝ ਆਖਿਆ, ਮੈਂ ਤਾਂ ਕੇਵਲ ਇਹੀ ਆਖਿਆ ਕਿ ਜਿਹੜੇ ਵਰਦੀਧਾਰੀ ਨੇ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਮਿਲੀਆਂ ਹੋਈਆਂ ਨੇ ਜੇ ਉਹੀ ਚੰਗੇ ਤਰੀਕੇ ਕੰਮ ਨਹੀਂ ਕਰਨਗੇ ਤਾਂ ਲੋਕੀ ਇਨਸਾਫ਼ ਕਿੱਥੋਂ ਭਾਲਣਗੇ। ਮੈਂ ਇਹ ਵੀ ਦੱਸਦਿਆਂ ਕਿ ਅੱਜ ਇੱਕ ਬਹੁਤ ਵੱਡਾ ਮਸਲਾ ਜਿਹੜਾ ਉਹ ਫੇਰ ਖੜਾ ਕਰ ਦਿੱਤਾ ਸਿਮਰਜੀਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਨੇ। ਸੁਖਨੈਬ ਜੀ, ਜਲੰਧਰ ਦੀ ਪ੍ਰੈਸ ਕਲੱਬ ਦੇ ਵਿੱਚ ਜਿਹੜੀਆਂ ਕੱਲ ਦੋ ਕੁੜੀਆਂ ਨੇ ਖੁਲਾਸਾ ਕੀਤਾ ਸੀ ਰਾਣਾ ਗੁਰਜੀਤ ਸਿੰਘ ਤੇ ਪੱਤਰਕਾਰਾਂ ਦੇ ਕੋਲੇ ਕਿ ਸਾਨੂੰ ਪੁਲਿਸ ਵਾਲਿਆਂ ਨੇ ਨਸ਼ੇ ਤੇ ਲਾਇਆ, ਉਹਨਾਂ ਦੇ ਵਿੱਚੋਂ ਇੱਕ ਕੁੜੀ ਜਿਹਨੇ DSP ਦੇ ਦੋਸ਼ ਲਾਇਆ ਸੀ ਉਹਨਾਂ ਨੂੰ ਲੈ ਕੇ ਉਹ ਜਲੰਧਰ ਦੀ ਪ੍ਰੈਸ ਕਲੱਬ ਚ ਆਏ। ਦੋਵੇਂ ਲੀਡਰ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਸੁਖਪਾਲ ਸਿੰਘ ਖਹਿਰਾ। ਮੈਂ ਇਹ ਵੀ ਗੱਲ ਪਹਿਲਾਂ ਕੋਟ ਕਰਦੇ ਹਾਂ ਕਿ ਉਹਨਾਂ ਦੋਵਾਂ ਕੁੜੀਆਂ ਨੂੰ ਨਸ਼ਾ ਛੁਡਾਊ ਕੇਂਦਰ ਵਾਲਿਆਂ ਨੇ ਦਵਾਈ ਦੇ ਕੇ ਘਰੇ ਭੇਜ ਦਿੱਤਾ ਸੀ ਤੇ ਕਹਿੰਦੇ ਜਿੰਦਰਾ ਵੀ ਮਾਰ ਦਿੱਤਾ ਨਸ਼ਾ ਛੁਡਾਊ ਕੇਂਦਰ ਨੂੰ। ਪਤਾ ਲੱਗਿਆ ਜੇ ਸੱਚੀਮੁੱਚ ਜਿੰਦਰਾ ਮਾਰ ਦਿੱਤਾ ਗਿਆ ਜਿਹਦਾ ਅਜੇ ਥੋੜੇ ਦਿਨ ਪਹਿਲਾਂ ਉਦਘਾਟਨ ਹੋਇਆ ਜਾਂ ਕੁਝ ਸਮੇਂ ਦੇ ਲਈ ਮਾਰਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕਰਦਾ। ਚਲੋ ਲੜਕੀ ਨੂੰ ਲੈ ਕੇ ਆਏ ਪ੍ਰੈਸ ਕਲੱਬ ਚ ਤੇ ਉੱਥੇ ਆ ਕੇ ਲੜਕੀ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਖੁਲਾਸੇ ਕੀਤੇ, ਕੱਲ ਨਾਲੋਂ ਵੀ ਕੁਝ ਇੱਕ ਗੱਲਾਂ ਜ਼ਿਆਦਾ ਦੱਸ ਦਿੱਤੀਆਂ। ਹੁਣ ਲੜਕੀ ਨੂੰ ਪੁੱਛਿਆ ਗਿਆ ਕਿ ਬੀਬੀ ਤੇਰੇ ਨਾਲ ਕੀ ਘਟਨਾ ਵਾਪਰੀ ਹੈ ਤੂੰ ਦੱਸ, ਉਹ ਕਹਿੰਦੀ ਜੀ ਕਿਸੇ ਮੁੰਡੇ ਨੇ ਉਸ DSP ਦੇ ਨਾਲ ਮੈਨੂੰ ਮਿਲਵਾਇਆ ਸੀ, ਉਸ ਵੇਲੇ ਉਹ DSP ਲੁਧਿਆਣੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਤੇ ਕੁੜੀ ਦੇ ਦਾਅਵੇ ਦੇ ਮੁਤਾਬਿਕ ਉਹ ਕਹਿੰਦੀ ਕਿ ਉਸ ਪੁਲਿਸ ਅਧਿਕਾਰੀ ਨੇ ਮੈਨੂੰ ਪਹਿਲੀ ਵਾਰੀ ਇਹ ਕਹਿ ਕੇ ਨਸ਼ਾ ਕਰਾਇਆ ਕਿ ਅੱਜ ਕੱਲ੍ਹ ਤਾਂ ਸਾਰੀਆਂ ਕੁੜੀਆਂ ਨਸ਼ੇ ਕਰਦੀਆਂ, ਤੂੰ ਵੀ ਮਰਲਾ ਸੁੱਟਾ ਜਾ। ਤੇ ਉਹ ਕਹਿੰਦੀ ਕਿ ਉਹ ਦਿਨ ਜਾਵੇ ਤੇ ਅੱਜ ਦਾ ਆਵੇ, ਮੈਂ ਲਗਾਤਾਰ ਉਸੇ ਕੰਮ ਦੇ ਵਿੱਚ ਲੱਗੀ ਹਾਂ, ਨਸ਼ਾ ਮੁੜ ਕੇ ਛੁੱਟਿਆ ਹੀ ਨਹੀਂ। ਤੇ ਨਾਲ ਦੀ ਨਾਲ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਅੱਜ ਤੱਕ ਤਾਂ ਤੂੰ ਖੁਲਾਸਾ ਨਹੀਂ ਕੀਤਾ ਸੀ, ਹੁਣ ਤੈਨੂੰ ਕਿੱਦਾਂ ਚੇਤਾ ਆ ਗਿਆ ਕਿ ਮੈਂ ਉਸ DSP ਦਾ ਨਾਂ ਲੈ ਦਿਆ, ਉਹ ਕਹਿੰਦੀ ਦੇਖੋ ਰਾਣਾ ਗੁਰਜੀਤ ਸਿੰਘ ਵੱਡੇ ਲੀਡਰ ਹੈ ਤੇ ਜਦੋਂ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਮੈਨੂੰ ਉਹਨਾਂ ਨੇ ਪੁੱਛਿਆ ਸੀ ਕਿ ਤੈਨੂੰ ਨਸ਼ੇ ਤੇ ਕਿਹਨੇ ਲਾਇਆ, ਉਦੋਂ ਮੰਤਰੀ ਸਾਹਿਬ ਵੀ ਕੋਲ ਸੀ, ਕਈ ਵਿਧਾਇਕ ਵੀ ਕੋਲ ਸੀ, ਪੱਤਰਕਾਰ ਵੀ ਕੋਲ ਸੀ, ਤਾਂ ਕਹਿੰਦੀ ਫਿਰ ਮੈਂ ਉਸ ਵੇਲੇ ਦੱਸ ਦਿੱਤਾ ਕਿ ਇੱਕ DSP ਨੇ ਮੈਨੂੰ ਨਸ਼ੇ ਚ ਲਾਇਆ ਤੇ ਲੜਕੀ ਨੇ ਅੱਜ ਇਹ ਵੀ ਖੁਲਾਸਾ ਕੀਤਾ ਕਿ DSP ਆਪ ਨਸ਼ਾ ਨਹੀਂ ਸੀ ਕਰਦਾ, ਪਰ ਕਹਿੰਦੇ ਉਹ ਮੈਨੂੰ ਵਾਰ ਵਾਰ ਆਪਣੇ ਸਰਕਾਰੀ ਘਰ ਦੇ ਵਿੱਚ ਬੁਲਾਉਂਦਾ ਸੀ ਤੇ ਉੱਥੇ ਨਸ਼ੇ ਵੀ ਕਰਦਾ ਸੀ। ਦੇਖੋ ਇਹ ਦੋਵੇਂ ਗੱਲਾਂ ਅੱਡੋ ਅੱਡ ਨੇ। ਸੁਖਨੈਬ ਜੀ, ਇੱਕ ਲੜਕੀ ਨੂੰ ਨਸ਼ੇ ਤੇ ਲਾਉਣਾ ਜੇ ਲੜਕੀ ਦਾ ਦਾਅਵਾ ਸੱਚ ਹੈ ਤਾਂ ਠੀਕ ਹੈ, ਤਾਂ ਉਹ ਇੱਕ ਅੱਡ ਮਸਲਾ ਤੇ ਇੱਕ ਲੜਕੀ ਨੂੰ ਆਪਣੇ ਲੁਧਿਆਣੇ ਵਾਲੇ ਸਰਕਾਰੀ ਘਰ ਦੇ ਵਿੱਚ ਬੁਲਾਉਣਾ ਉਹ ਇੱਕ ਅੱਡ ਮਸਲਾ, ਦੋਵੇਂ ਵੱਖੋ ਵੱਖਰੇ ਢੰਗ ਤਰੀਕਿਆਂ ਦੇ ਨਾਲ ਜਿਹੜੇ ਨੇ ਉਹਨੂੰ ਵੇਖਣਾ ਚਾਹੀਦਾ। ਹੁਣ ਲੜਕੀ ਨੇ ਹੋਰ ਵੀ ਗੱਲ ਆਖੀ ਜਿਹੜੀ ਇਹਦੇ ਤੋਂ ਵੀ ਵੱਧ ਸੰਵੇਦਨਸ਼ੀਲ ਹੈ। ਉਹ ਲੜਕੀ ਕਹਿੰਦੀ ਕਿ ਉਹ DSP ਮੈਨੂੰ ਇਹ ਵੀ ਕਹਿੰਦਾ ਸੀ ਕਿ ਤੂੰ ਹੋਰਨਾਂ ਕੁੜੀਆਂ ਨੂੰ ਲੈ ਕੇ ਆ, ਉਹ ਨਸ਼ਾ ਖਾਣ ਲੱਗਣਗੀਆਂ ਫਿਰ ਨਸ਼ਾ ਖਰੀਦਣਗੀਆਂ ਤੇ ਉਹ ਨਸ਼ਾ ਖਰੀਦ ਲਿਆ ਕਰਨਗੀਆਂ ਤਾਂ ਮੈਂ ਤੈਨੂੰ ਨਸ਼ਾ ਮੁਫ਼ਤ ਦੇ ਦੂੰ। ਇਹਦਾ ਮਤਲਬ ਹੈ ਕਿ ਜੇ ਉਹ ਲੜਕੀ ਬਿਲਕੁਲ ਠੀਕ ਦਾਅਵਾ ਕਰਦੀ ਹੈ ਤਾਂ ਇੱਕ ਡਾਕੀਏ ਦੇ ਰੂਪ ਦੇ ਵਿੱਚ ਉਸ ਲੜਕੀ ਨੂੰ ਪ੍ਰਯੋਗ ਕੀਤਾ ਗਿਆ ਉਸ ਸਰਕਾਰੀ ਅਧਿਕਾਰੀ ਵੱਲੋਂ, ਤੇ ਨਾਲ ਦੀ ਨਾਲ ਲੜਕੀ ਨੇ ਦਾਅਵਾ ਵੀ ਕਰ ਦਿੱਤਾ ਕਿ ਉਹ DSP ਜਿਹੜਾ ਉਹ ਨਸ਼ਾ ਵੇਚਦਾ ਸੀ ਉਸ ਵੇਲੇ, ਹੁਣ ਦਾ ਪਤਾ ਨਹੀਂ। ਚਲੋ ਉਸ ਲੜਕੀ ਦੇ ਕਹਿਣ ਮੁਤਾਬਕ ਇਹ ਚਾਰ ਚੀਜ਼ਾਂ ਹੋ ਗਈਆਂ, ਇੱਕ ਉਸ ਲੜਕੀ ਨੂੰ ਨਸ਼ੇ ਤੇ ਲਾਉਣਾ, ਦੂਸਰਾ ਉਹਨੂੰ ਆਪਣੇ ਸਰਕਾਰੀ ਘਰ ਦੇ ਵਿੱਚ ਬੁਲਾਉਣਾ, ਤੀਸਰਾ ਉਹਨੂੰ ਇਹ ਕਹਿਣਾ ਕਿ ਤੂੰ ਹੋਰਨਾਂ ਕੁੜੀਆਂ ਨੂੰ ਵੀ ਲਿਆ ਤੇ ਉਹਨਾਂ ਨੂੰ ਨਸ਼ਾ ਵੇਚਿਆ ਕਰਾਂਗੇ ਤੈਨੂੰ ਮੁਫ਼ਤ ਦੇ ਦੂੰ, ਤੇ ਚੌਥਾ ਕਿ ਉਹ ਜੇ ਨਸ਼ਾ ਵੇਚਦਾ ਸੀ ਤਾਂ ਇਹਦਾ ਮਤਲਬ ਹੈ ਕਿ ਉਹਦੇ ਕਿਤੇ ਤਸਕਰਾਂ ਨਾਲ ਵੀ ਸੰਬੰਧ ਹੋਣਗੇ, ਉਹ ਕਿਤੇ ਨਾ ਕਿਤੇ ਤਾਂ ਨਸ਼ਾ ਪੈਦਾ ਕਰਦਾ ਸੀ, ਪ੍ਰਾਪਤ ਕਰਦਾ ਸੀ। ਇਹ ਵੀ ਹੋ ਸਕਦਾ ਕਿ ਜਿਹੜਾ ਸਮਗਲਰਾਂ ਤੋਂ ਨਸ਼ਾ ਫੜਿਆ ਗਿਆ ਹੋਵੇ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ ਉਹ ਵੇਚਣ ਨੂੰ ਰੱਖ ਲੈਂਦਾ ਹੋਵੇ, ਪੈਸੇ ਧੇਲੇ ਚਾਰ ਕਮਾਉਂਦਾ ਹੋਵੇ। ਚਲੋ ਹੁਣ ਲੜਕੀ ਨੇ ਵੀ ਕਹਿ ਦਿੱਤਾ ਕਿ ਮੈਨੂੰ ਲੁਧਿਆਣੇ ਦੀ ਪੁਲਿਸ ਨੇ ਟੈਲੀਫੋਨ ਕਰਕੇ ਸਾਰੀ ਗੱਲ ਪੁੱਛ ਲਈ ਹੈ ਤੇ ਮੈਂ ਇਹਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਤੇ DGP ਪੰਜਾਬ ਪੁਲਿਸ ਨੂੰ ਬੜੀ ਜਲਦੀ ਭੇਜਣ ਜਾ ਰਹੀ ਹਾਂ। ਸੁਖਪਾਲ ਸਿੰਘ ਖਹਿਰਾ ਨੇ ਮਾਈਕ ਸਾਂਭਿਆ ਉਸ ਪ੍ਰੈਸ ਕਲੱਬ ਦੇ ਵਿੱਚ, ਉਹ ਕਹਿੰਦੇ ਜੀ ਦੇਖੋ ਹੁਣ ਕੋਈ ਚੀਜ਼ ਲੁਕੀ ਨਹੀਂ, ਇਸ ਲੜਕੀ ਨੇ ਅੱਜ ਫਿਰ ਤੁਹਾਡੇ ਸਾਹਮਣੇ ਜਿਹੜੇ ਖੁਲਾਸੇ ਕਰ ਦਿੱਤੇ ਹੈ ਤੇ ਉਹਦੇ ਤੋਂ ਬਾਅਦ ਤਾਂ ਕਹਿੰਦੇ ਮੈਨੂੰ ਲੱਗਦਾ ਕਿ ਮੈਨੂੰ ਕਹਿਣ ਦੀ ਵੀ ਲੋੜ ਨਹੀਂ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਸਾਰੀ ਗੱਲ ਦੀ ਜਾਂਚ ਦਾ ਜ਼ਿੰਮਾ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਵਰਦੀ ਵਾਲੇ ਕੰਮ ਇਦਾਂ ਦੇ ਕਰ ਰਹੇ ਨੇ, ਕੁਝ ਇੱਕ ਵਰਦੀ ਵਾਲੇ ਜਿਹੜੇ ਕੰਮਾਂ ਦੇ ਕਰਕੇ ਲੱਗਦਾ ਕਿ ਪੰਜਾਬ ਦਾ ਭਵਿੱਖ ਬਹੁਤ ਹਨੇਰਾ। ਤੇ ਲੁਧਿਆਣੇ ਦੀ ਰਹਿਣ ਵਾਲੀ ਲੜਕੀ ਜਿਹਨੂੰ ਸਿਮਰਜੀਤ ਸਿੰਘ ਬੈਂਸ ਆਪਣੇ ਨਾਲ ਲੈ ਕੇ ਆਏ ਸੀ ਤੇ ਵੀ ਕਿਹਾ ਕਿ ਭਾਈ ਅਸੀਂ ਅੰਗ ਸੰਗ ਆ ਇਸ ਲੜਕੀ ਦੇ, ਇਹਦੀ ਹਮੇਸ਼ਾ ਸੁਰੱਖਿਆ ਕਰਾਂਗੇ।
ਉਸ ਸਿਮਰਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਡੀਐਸਪੀ ਲੜਕੀ ਦੇ ਨਾਲ ਲਗਾਤਾਰ ਰੇਪ ਕਰਦਾ ਰਿਹਾ, ਇਸ ਕਰਕੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਸੋ ਕਈ ਮਾਮਲੇ ਇਕੱਠੇ ਹੋ ਗਏ, ਪਰ ਕੁੱਲ ਮਿਲਾ ਕੇ ਸੁਖਨੈਬ ਜੀ ਉਹ ਲੜਕੀ ਭਾਵੇਂ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਹੈ, ਪਰ ਉਸ ਲੜਕੀ ਨੇ ਲਗਾਤਾਰ ਦੂਸਰੇ ਦਿਨ ਜਿਸ ਤਰੀਕੇ ਦੇ ਇੱਕ ਪ੍ਰੈਸ ਕਲੱਬ ਦੇ ਵਿੱਚ ਆ ਕੇ ਖੁਲਾਸੇ ਕੀਤੇ ਹੈ, ਲੱਗਦਾ ਹੈ ਕਿ ਮਾਮਲਾ ਛੇਤੀ ਕੀਤੇ ਨਿਬੜਨ ਵਾਲਾ ਨਹੀਂ, ਮਾਮਲਾ ਬਹੁਤ ਦੂਰ ਤੱਕ ਜਾਏਗਾ ਤੇ ਦੇਖਦੇ ਹਾਂ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਕਾਂਗਰਸ ਦੀ ਸਰਕਾਰ ਕੋਈ ਵੱਡਾ ਐਕਸ਼ਨ ਕੀ ਲੈਂਦੀ ਹੈ। ਜੀ ਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੇ ਵਾਸਤੇ ਸਰਕਾਰ ਦੀ ਜਾਗ ਖੁੱਲ ਗਈ ਹੈ ਜੀ, ਜਵਾਨੀ ਨੂੰ ਬਚਾਉਣ ਵਾਸਤੇ ਤਾਂ ਨਹੀਂ ਖੁੱਲੀ ਹਜੇ? ਸੁਖਨੈਬ ਜੀ ਪਹਿਲਾਂ ਪਾਣੀ ਤਾਂ ਬਚਾ ਲਈਏ, ਜਵਾਨੀ ਬਾਅਦ ਚ ਬਚਦੀ ਰਹੂਗੀ, ਪਾਣੀ ਬਹੁਤ ਜ਼ਰੂਰੀ ਹੈ। ਦੇਖੋ ਆਪਾਂ ਕਈ ਵਾਰ ਗੱਲਾਂ ਕੀਤੀਆਂ, ਹੁਣ ਜਵਾਨੀ ਦਾ ਕੀ ਹੈ, ਜਵਾਨੀ ਤਾਂ ਪੱਥਰੀ ਹੁੰਦੀ ਹੈ ਨਾ, ਕਪਤਾਨ ਸਾਹਿਬ ਕਹਿਣਗੇ ਕਿ ਆਪੇ ਪੱਥਰ ਪੁੱਥਰ ਚੱਟ ਕੇ ਮੱਛੀਆਂ ਮੁੜੇ ਆਉਣੀਆਂ, ਇਹ ਵੀ ਮੁੜੇ ਆਉਣਗੇ। ਹੁਣ ਦੇਖੋ ਕੈਬਨਿਟ ਦੀ ਮੀਟਿੰਗ, ਤੇ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਜਿਹੜਾ ਇੱਕ ਮਸਲਾ ਆਪਾਂ ਕੱਲ ਜਾਂਦਿਆਂ ਜਾਂਦਿਆਂ ਸਾਂਝਾ ਕੀਤਾ ਸੀ ਕਿ ਕੇਂਦਰ ਸਰਕਾਰ ਦਾ ਇੱਕ ਡਿਪਾਰਟਮੈਂਟ ਕਹਿੰਦਾ ਕਿ ਮਾਲਵੇ ਖੇਤਰ ਦੇ 80% ਖੇਤਰ ਦੇ ਵਿੱਚ ਧਰਤੀ ਹੇਠਲਾ ਪਾਣੀ ਫਸਲਾਂ ਨੂੰ ਦੇਣ ਦੇ ਯੋਗ ਨਹੀਂ, ਕੁਝ ਐਸੇ ਗੈਰ ਲੋੜੀਂਦੇ ਤੱਤ ਮਿੱਟੀ ਚ ਆ ਗਿਆ, ਖੇਤਾਂ ਚ ਆ ਗਿਆ, ਪਾਣੀ ਚ ਆ ਗਿਆ, ਜਿਹਦੇ ਕਰਕੇ ਉਹ ਪਾਣੀ ਨੁਕਸਾਨਦੇਹ ਹੈ। ਇਸ ਰਿਪੋਰਟ ਦੀ ਸਿਆਹੀ ਸੁਖਨੈਬ ਜੀ ਅਜੇ ਸੁੱਕੀ ਨਹੀਂ ਸੀ ਕਿ ਪੰਜਾਬ ਦੀ ਵਜ਼ੀਰਾਂ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ, ਜਿਹੜੇ ਵੱਡੇ ਅਧਿਕਾਰੀ ਨੇ, ਉਹ ਇੱਕ ਪ੍ਰੈਜੈਂਟੇਸ਼ਨ ਦਿੰਦੇ ਆ। ਪ੍ਰੈਜੈਂਟੇਸ਼ਨ ਕੀ ਦਿੰਦੇ ਆ? ਉਹ ਪ੍ਰੈਜੈਂਟੇਸ਼ਨ ਦਿੰਦੇ ਆ ਜੀ ਆ ਦੇਖੋ ਕਿ ਜੇ ਧਰਤੀ ਹੇਠਲਾ ਪਾਣੀ ਇਸੇ ਤਰੀਕੇ ਦੇ ਨਾਲ ਹੇਠਾਂ ਜਾਂਦਾ ਰਿਹਾ ਤਾਂ ਆਪਾਂ ਸੱਤਵੇਂ ਸਾਲ ਜਾਣੀ ਕਿ 2025 ਦੇ ਵਿੱਚ ਪੰਜਾਬ ਦਾ 90% ਹਿੱਸਾ ਡਾਰਕ ਜ਼ੋਨ ਦੇ ਵਿੱਚ ਗਿਆ ਵੇਖਾਂਗੇ, ਤੇ ਡਾਰਕ ਜ਼ੋਨ ਤੋਂ ਭਾਵ ਹੈ ਕਿ ਪਾਣੀ ਧਰਤੀ ਹੇਠਲਾ ਮੁੱਕਣ ਵਾਲਾ ਤੇ ਉੱਪਰਲੀ ਜ਼ਮੀਨ ਦੇ ਉੱਤੇ ਫਸਲਾਂ ਨਹੀਂ ਹੋਣੀਆਂ, ਰੇਤਾ ਹੀ ਹੋਣੀ ਆ, ਬਸ ਰੇਗਿਸਤਾਨ ਹੀ ਹੋਣਾ, ਹੋਰ ਕੱਖ ਨਾ ਲੱਭੇ ਤੁਸੀਂ। ਚਲੋ ਉਹ ਜਿਹੜਾ ਸਾਰੇ ਦਾ ਸਾਰਾ ਪ੍ਰੈਜੈਂਟੇਸ਼ਨ ਵਾਲਾ ਕੰਮ ਹੈ ਉਹ ਵੇਖਿਆ ਗਿਆ, ਉਹਦੇ ਤੋਂ ਬਾਅਦ ਕਪਤਾਨ ਸਾਹਿਬ ਚਿੰਤਤ ਹੋਏ, ਉਹਨਾਂ ਦੇ ਸਾਥੀ ਮੰਤਰੀ ਚਿੰਤਤ ਹੋਏ, ਉਹ ਕਹਿੰਦੇ ਤਾਂ ਬਹੁਤ ਮਾੜੀ ਗੱਲ ਹੈ, ਇੱਕ ਤਾਂ ਪਾਣੀ ਪੀਣ ਯੋਗ ਨਹੀਂ ਰਿਹਾ, ਪਾਣੀ ਫਸਲਾਂ ਨੂੰ ਲਾਉਣ ਦੇ ਯੋਗ ਨਹੀਂ ਰਿਹਾ, ਤੇ ਜਿੱਦਾਂ ਦਾ ਵੀ ਹੈਗਾ ਤੋਂ ਰਾਣਾ ਜਿਹਾ, ਜੇ ਉਹ ਵੀ 5-7 ਸਾਲਾਂ ਦੇ ਵਿੱਚ ਹੁਣ ਮੁੱਕ ਜਾਣਾ ਤਾਂ ਸਾਡੇ ਪੱਲੇ ਬਚੂਗਾ ਕੀ? ਚਲੋ ਸਰਕਾਰ ਦੇ ਮੰਤਰੀਆਂ ਨੇ ਸਿਰ ਜੋੜ ਕੇ ਸਲਾਹ ਕੀਤੀ ਕਿ ਕਿਉਂ ਨਾ ਚੰਗਾ ਹੋਵੇ ਆਪਾਂ ਹੁਣ ਚੰਗੇ ਤਰੀਕੇ ਸੁਹਿਰਦਤਾ ਪੂਰਵਕ ਇਧਰਲੇ ਪਾਸੇ ਕੁਝ ਕਦਮ ਚੁੱਕੀਏ, ਕਹਿੰਦੇ ਆਪਾਂ ਫਸਲੀ ਚੱਕਰ ਬਦਲੀਏ, ਆਪਾਂ ਘੱਟ ਪਾਣੀ ਵਾਲੀਆਂ ਫਸਲਾਂ ਲਵਾਈਏ, ਪਾਣੀ ਦੇ ਪੱਧਰ ਨੂੰ ਉੱਪਰ ਚੁੱਕਣ ਦੇ ਲਈ ਜਾਂ ਘੱਟੋ ਘੱਟ ਹੇਠਾਂ ਜਾਣ ਤੋਂ ਰੋਕਣ ਦੇ ਲਈ ਲੋਕਾਂ ਦੇ ਵਿੱਚ ਜਾ ਕੇ ਵਿਆਪਕ ਮੁਹਿੰਮ ਚਲਾਈਏ, ਜਿਹਦੇ ਨਾਲ ਕਿ ਲੋਕਾਂ ਦੀ ਸ਼ਮੂਲੀਅਤ ਵੀ ਹੋਵੇ ਸਰਗਰਮੀ ਦੇ ਨਾਲ। ਤੇ ਨਾਲ ਦੀ ਨਾਲ ਇੱਥੋਂ ਤੱਕ ਵੀ ਕਰ ਦਿੱਤਾ ਗਿਆ ਕਿ ਇੱਕ 5 ਮੈਂਬਰੀ ਕੈਬਨਿਟ ਦੀ ਸਬ ਕਮੇਟੀ ਬਣਾ ਤੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ, ਉਹਨਾਂ ਦੇ ਵਿੱਚ ਇੱਕ ਮਾਲਵੇ ਤੋਂ ਨੇ ਮਨਪ੍ਰੀਤ ਬਾਦਲ, ਬਾਕੀ 4 ਬੰਦੇ ਮਾਝੇ ਤੋਂ ਨੇ। ਇਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁਖ ਸਰਕਾਰੀਆ, ਨਵਜੋਤ ਸਿੱਧੂ ਤੇ ਓਪੀ ਸੋਨੀ, ਇਹ 5 ਜਿਹੜੇ ਕੈਬਨਿਟ ਮਿਨਿਸਟਰ ਨੇ, ਇਹਨਾਂ ਨੂੰ ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਕਿ ਤੁਸੀਂ ਦੇਖੋ ਕਿ ਕਿਹੜੇ ਕਦਮ ਚੁੱਕੇ ਜਾ ਸਕਦੇ ਆ, ਕਿਸ ਢੰਗ ਦੇ ਰਾਹ ਚੁੱਕੇ ਜਾ ਸਕਦੇ ਆ, ਤੇ ਕਮੇਟੀ ਦੀ ਰਿਪੋਰਟ ਉਹ ਕਹਿੰਦੇ ਕਿ ਅਸੀਂ ਪੰਜਾਬ ਸੂਬੇ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੇਂਦਰ ਦੀ ਸਰਕਾਰ ਨੂੰ ਭੇਜਾਂਗੇ। ਚਲੋ ਇਹ ਬੜਾ ਅੱਛਾ ਕੰਮ ਕੀਤਾ, ਤੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਇਜ਼ਰਾਈਲ ਜਾਏਗੀ ਇਹ 5 ਮੰਤਰੀਆਂ ਦੀ ਟੀਮ, ਤੇ ਜਦੋਂ ਇਜ਼ਰਾਈਲ ਜਾਏਗੀ ਤਾਂ ਫਿਰ ਉੱਥੋਂ ਤਕਨੀਕ ਸਿੱਖ ਕੇ ਆਏਗੀ ਕਿ ਅਸੀਂ ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਪਰ ਕਿਵੇਂ ਲਿਆਉਣਾ ਹੈ, ਤੇ ਪੰਜਾਬ ਦੇ ਵਿੱਚ ਆਪਾਂ ਪਾਣੀ ਨੂੰ ਠੀਕ ਤਰੀਕੇ ਵਰਤਣਾ ਕਿਵੇਂ ਹੈ, ਜਿਹਦੇ ਨਾਲ ਕਿ ਪਾਣੀ ਨੂੰ ਹੁਣ ਬਹੁਤਾ ਜ਼ਿਆਦਾ ਖਤਰਾ ਪੈਦਾ ਨਾ ਹੋਵੇ। ਸਾਰੀਆਂ ਹੀ ਗੱਲਾਂ ਚੰਗੀਆਂ, ਇਹਦੇ ਵਿੱਚੋਂ ਕੋਈ ਗੱਲ ਮਾੜੀ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਦੇ ਲਈ ਜੇ ਸਾਡੇ ਮੰਤਰੀ ਇਜ਼ਰਾਈਲ ਜਾਣਾ ਚਾਹੁੰਦੇ ਆ, ਜਾਣ, ਘੁੰਮ ਫਿਰ ਆਉਣ, ਸੈਰ ਸਪਾਟਾ ਹੈਗਾ, ਲੋਕਾਂ ਨੇ ਟਿਕਟਾਂ ਲਾਉਣੀਆਂ, ਲੋਕਾਂ ਨੇ ਹੋਰ ਪੈਸਾ ਧੇਲਾ ਖਰਚਣਾ, ਕੋਈ ਗੱਲ ਨਹੀਂ, ਮੋਦੀ ਸਾਹਿਬ ਦੀ ਤਾਂ ਜਾ ਕੇ ਆਇਆ, ਤੁਸੀਂ ਵੀ ਜਾਇਓ ਸੈਰ ਕਰਨ ਨੂੰ, ਤਾਂ ਸਾਰਿਆਂ ਦਾ ਜੀ ਕਰਦਾ, ਕੋਈ ਚੰਗੀ ਤਕਨੀਕ ਉੱਥੋਂ ਲੈ ਕੇ ਆ ਜਾਓਗੇ ਤਾਂ ਤੁਹਾਡਾ ਧੰਨਵਾਦ ਹੋਏਗਾ, ਜੇ ਵੈਸੇ ਵੀ ਮੁੜੇ ਆਓਗੇ ਤਾਂ ਧੰਨਵਾਦ ਤੁਹਾਡਾ ਤਾਂ ਵੀ ਹੋਏਗਾ। ਹੁਣ ਸੁਖਨੈਬ ਜੀ ਇੱਥੇ ਕੁਝ ਇੱਕ ਗੱਲਾਂ ਵਿਚਾਰਨ ਵਾਲੀਆਂ, ਆਪਣੇ ਕੋਲ ਡਾਕਟਰ ਸੁੱਚਾ ਸਿੰਘ ਗਿੱਲ, ਆਪਣੇ ਕੋਲ ਡਾਕਟਰ ਸਰਦਾਰਾ ਸਿੰਘ ਜੌਲ, ਆਪਣੇ ਕੋਲ 22-23 ਬੰਦੇ ਹੋਰ ਐਸੇ ਨੇ ਜਿਹੜੇ ਪੰਜਾਬ ਦੀ ਖੇਤੀਬਾੜੀ ਨੂੰ ਚੰਗੀ ਤਰ੍ਹਾਂ ਸਮਝਦੇ ਆ, ਪੰਜਾਬ ਦੀ ਖੇਤੀਬਾੜੀ ਚ ਪੜੇ ਨੇ, ਪੰਜਾਬ ਦੀ ਖੇਤੀਬਾੜੀ ਚ ਵੱਡੇ ਹੋਏ ਆ, ਪੰਜਾਬ ਦੀ ਖੇਤੀਬਾੜੀ ਦੇ ਸੰਗ ਰਿਸਰਚ ਕਰਕੇ ਖੋਜ ਕਰਕੇ ਰੁਤਬਾ ਹਾਸਲ ਕੀਤਾ, ਉਹਨਾਂ ਬੰਦਿਆਂ ਨੂੰ ਅਸੀਂ ਪੁੱਛ ਲਈਏ ਚੰਗਾ ਇਜ਼ਰਾਈਲ ਜਾਣ ਨੂੰ ਤਾਂ ਟਾਈਮ ਲੱਗਣਾ ਨਾ, ਇਜ਼ਰਾਈਲ ਜਾ ਕੇ ਰਿਪੋਰਟ ਬਣਾਉਣੀ ਹੈ, ਇੱਥੇ ਆ ਕੇ ਰੀਰਾਈਟ ਕਰਨੀ ਹੈ, ਫਿਰ ਸਰਕਾਰ ਨੂੰ ਦੇਣੀ ਹੈ, ਫਿਰ ਸਰਕਾਰ ਨੇ ਪੜ੍ਹਨੀ ਹੈ, ਫਿਰ ਕਿਤੇ ਜਾ ਕੇ ਲਾਗੂ ਹੋਣੀ ਹੈ, ਤੇ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕਹਿਣ ਮੁਤਾਬਕ ਮਹੀਨੇ ਤਾਂ ਰਹਿ ਗਿਆ ਸਰਕਾਰ ਦੇ 36 ਤੇ 36 ਮਹੀਨੇ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਕਿ ਕੰਮ ਕਰਨੇ ਪਰੇ ਚੜੇ, ਪਰ ਇੰਨੀ ਗੱਲ ਜ਼ਰੂਰ ਹੈ
ਕਿ ਹੁਣ ਹਾਲਾਤ ਥੋੜੇ ਥੋੜੇ ਦੂਸਰੇ ਪਾਸੇ ਨੂੰ ਜਾਣ ਲੱਗ ਪਏ। ਸਾਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅਸੀਂ ਜੋ ਕੁਝ ਪੰਜਾਬ ਚ ਬੈਠੇ ਕਰ ਸਕਦੇ ਹਾਂ ਉਹ ਤਾਂ ਕਰੀਏ। ਅਸੀਂ ਪੰਜਾਬ ਚ ਬੈਠੇ ਸਰਕਾਰੀ ਟੂਟੀ ਬੰਦ ਕਰ ਸਕਦੇ ਹਾਂ ਜਿਹੜੀ ਚੱਲਦੀ ਰਹਿੰਦੀ ਆਵਾਗਾਉਣ। ਅਸੀਂ ਪੰਜਾਬ ਦੇ ਵਿੱਚ ਬੈਠੇ ਛੋਟੇ ਛੋਟੇ ਉਦਮ ਕਰ ਸਕਦੇ ਪਾਣੀ ਬਚਾਉਣ ਦੇ ਲਈ। ਅਸੀਂ ਪੰਜਾਬ ਚ ਬੈਠੇ ਕਾਨੂੰਨ ਨੂੰ ਸਖ਼ਤੀ ਦੇ ਨਾਲ ਲਾਗੂ ਕਰਨ ਦੀ ਜਿਹੜੀ ਕੋਸ਼ਿਸ਼ ਕਰਕੇ, ਜਿਹੜੀ ਇੰਡਸਟਰੀ ਇਸ ਵੇਲੇ ਪੰਜਾਬ ਦੇ ਸਾਫ ਪਾਣੀ ਨੂੰ ਦੂਸ਼ਿਤ ਕਰ ਰਹੀ ਹੈ ਉਹਦੇ ਖਿਲਾਫ਼ ਤੁਹਾਨੂੰ ਕੋਈ ਐਕਸ਼ਨ ਲੈ ਸਕਦੇ ਹਾਂ। ਤੇ ਸਭ ਤੋਂ ਵੱਡੀ ਗੱਲ, ਭਾਵੇਂ ਇਜ਼ਰਾਈਲ ਨੂੰ ਜਾ ਕੇ ਪੁੱਛ ਲਓ, ਭਾਵੇਂ ਕਿਸੇ ਹੋਰ ਦੇਸ਼ ਨੂੰ ਜਾ ਕੇ ਪੁੱਛ ਲਓ, ਜਦੋਂ ਤੱਕ ਪੰਜਾਬ ਦੇ ਵਿੱਚ ਝੋਨੇ ਦੀ ਕਾਸ਼ਤ ਹੁੰਦੀ ਹੈ ਉਨੀ ਦੇਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਕੋਈ ਬਚਾ ਨਹੀਂ ਸਕਦਾ। ਕਿਉਂਕਿ ਝੋਨਾ ਲੱਗਣਾ, ਜੇ ਝੋਨਾ ਪਾਲਣਾ ਤਾਂ ਪਾਣੀ ਖੜਾ ਰੱਖਣਾ ਪੈਣਾ ਖੇਤ ਚ, ਪਾਣੀ ਖੜਾ ਰੱਖਣਾ ਪੈਣਾ ਤਾਂ ਮੋਟਰਾਂ ਚਲਾਉਣੀਆਂ ਪੈਣੀਆਂ, ਜੇ ਮੋਟਰਾਂ ਚਲਾਉਣੀਆਂ ਪੈਣੀਆਂ ਤਾਂ ਧਰਤੀ ਦੇ ਹੇਠੋਂ ਪਾਣੀ ਨਿਕਲਣਾ ਨਿਕਲਣਾ। ਇਸ ਕਰਕੇ ਇਜ਼ਰਾਈਲ ਜਾਣ ਤੋਂ ਵੀ ਪਹਿਲਾਂ ਜੇ ਪੰਜਾਬ ਦੇ ਸਿਆਸਤਦਾਨ ਇੱਕ ਵੱਡੀ ਬੱਸ ਕਿਰਾਏ ਤੇ ਕਰਨ, ਵੈਸੇ ਤਾਂ ਬਹੁਤ ਸਾਰੇ ਸਿਆਸਤਦਾਨਾਂ ਦੇ ਕੋਲ ਆਪਣੀਆਂ ਹੀ ਬੱਸਾਂ, ਕਿਰਾਏ ਤੇ ਕਰਨ ਦੀ ਵੀ ਨਹੀਂ ਲੋੜ, ਉਹਦੇ ਵਿੱਚ ਕਾਂਗਰਸੀ ਵੀ ਬੈਠਣ, ਅਕਾਲੀ ਵੀ ਬੈਠਣ, ਆਮ ਆਦਮੀ ਪਾਰਟੀ ਵਾਲੇ ਵੀ ਬੈਠਣ, ਬਸ ਵਾਲੇ ਨੂੰ ਵੀ ਲੈ ਲਓ, ਲੋਕ ਕਾਮਰੇਡ ਵੀ ਚਾੜ ਲਓ, ਤੇ ਨਾਲ ਦੀ ਨਾਲ ਕਾਂਗਰਸੀ ਜਿਹੜੇ ਨੇ ਉਹ ਬਾਕੀ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਹਦੇ ਵਿੱਚ ਬਹਿ ਜਾਣ ਤੇ ਜਾ ਕੇ ਕੇਂਦਰ ਸਰਕਾਰ ਨੂੰ ਬੇਨਤੀ ਕਰਨ ਕਿ ਆ ਵੇਖੋ ਅਸੀਂ ਸਾਰੇ ਆਏ ਆ, ਵੱਖ ਵੱਖ ਝੰਡਿਆਂ ਵਾਲੇ ਬੰਦੇ ਇੱਥੇ ਸਾਰੇ ਇਕੱਠੇ ਆ, ਸਾਡੇ ਵਿੱਚੋਂ ਕੋਈ ਵੀ ਵੱਖਰਾ ਨਹੀਂ, ਤੇ ਅਸੀਂ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਆ ਕਿ ਝੋਨੇ ਦੇ ਸੀਜ਼ਨ ਦੀ ਇੱਕ ਹੋਰ ਫਸਲ ਦਾ ਸਾਨੂੰ ਘੱਟੋ ਘੱਟ ਮੁੱਲ ਦੇ ਦਿਓ। ਅਸੀਂ ਝੋਨਾ ਪੰਜਾਬ ਚ ਨਹੀਂ ਲਾਉਣਾ, ਨਹੀਂ ਤਾਂ ਸਾਡੇ ਪੱਲੇ ਕੱਖ ਨਹੀਂ ਰਹਿਣਾ। ਨਾ ਤਾਂ ਅੱਜ ਤੱਕ ਇਕੱਠੇ ਹੋ ਕੇ ਇਸ ਮੁੱਦੇ ਤੇ ਗਏ ਆ, ਨਾ ਇਹਨਾਂ ਨੇ ਜਾਣਾ। ਹੁਣ ਦੇਖੋ ਸਾਡੇ ਮੰਤਰੀ ਇਜ਼ਰਾਈਲ ਚਲੇ ਜਾਣਗੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਤਾਂ ਮੋਦੀ ਸਾਹਿਬ ਨੂੰ ਟੈਲੀਫੋਨ ਕਰਕੇ ਨਹੀਂ ਨਾ ਕਹਿਣਾ ਕਿ ਤੁਸੀਂ ਪੰਜਾਬ ਦੇ ਵਿੱਚ ਝੋਨੇ ਦੀ ਥਾਂ ਕਿਸੇ ਹੋਰ ਬਦਲਵੀਂ ਫਸਲ ਦਾ ਪ੍ਰਬੰਧ ਕਰ ਦਿਓ, ਬਿਲਕੁਲ ਨਹੀਂ ਕਹਿਣਾ ਕਿ ਤੁਸੀਂ ਖਰੀਦ ਲਓ। ਉਹਨਾਂ ਨੇ ਇਹ ਵੀ ਨਹੀਂ ਕਹਿਣਾ ਕਿ ਭਾਈ ਕੇਂਦਰ ਦੀ ਸਰਕਾਰ ਜਿਹੜੀ ਹੈ ਤੁਹਾਨੂੰ ਸਹਿਯੋਗ ਦਿੰਦੀ ਕਿ ਨਹੀਂ ਦਿੰਦੀ, ਆਹ ਤਕਨੀਕ ਲੈ ਜਾਓ ਇਹਦੇ ਵਿੱਚ ਇੰਨੇ ਕੁ ਪੈਸੇ ਲੱਗਣੇ ਆ, ਤੁਹਾਡੇ ਕੋਲ ਪੈਸੇ ਹੈਗੇ ਕਿ ਨਹੀਂ ਹੈਗੇ, ਅਗਲਿਆਂ ਨੇ ਕੁਝ ਨਹੀਂ ਆਖਣਾ। ਪਰ ਇਹ ਤਾਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਬੁੱਧੀਜੀਵੀਆਂ ਨੂੰ ਜਿਹੜਾ ਉਹ ਧਿਆਨ ਦੇ ਵਿੱਚ ਰੱਖਣਾ ਪਏਗਾ ਕਿ ਇਜ਼ਰਾਈਲ ਜਾਣ ਤੋਂ ਪਹਿਲਾਂ ਫੌਰੀ ਤੌਰ ਦੇ ਉੱਤੇ ਜਿਹੜਾ ਕੰਮ ਭਾਵੇਂ ਉਹ ਡ੍ਰਿਪ ਸਿਸਟਮ ਦਾ ਹੀ ਕਿਉਂ ਨਹੀਂ, ਉਹਨੂੰ ਇਨਵੋਲਵ ਜਿਹੜਾ ਕਰਨਾ ਪਏਗਾ ਆਪਣੀ ਕਾਰਜ ਪ੍ਰਣਾਲੀ ਚ। ਸਾਡੇ ਬੜੀਆਂ ਬਿਲਡਿੰਗਾਂ ਬਣਦੀਆਂ, ਪ੍ਰਾਈਵੇਟ ਬਣਦੀਆਂ, ਸਰਕਾਰੀ ਬਣਦੀਆਂ, ਕਿੰਨੀਆਂ ਕੁ ਇਮਾਰਤਾਂ ਨੇ, ਕਿੰਨੀਆਂ ਕੁ ਬਿਲਡਿੰਗਾਂ ਨੇ ਜਿਹਨਾਂ ਦੇ ਵਿੱਚ ਅਸੀਂ ਮੀਂਹ ਵਾਲੇ ਪਾਣੀ ਦਾ ਪ੍ਰਬੰਧ ਇੱਦਾਂ ਕੀਤਾ ਕਿ ਧਰਤੀ ਦੇ ਹੇਠਾਂ ਜੀਰਿਆ ਜਾਵੇ, ਉਹਨੂੰ ਧਰਤੀ ਦੇ ਹੇਠਾਂ ਸੁੱਕਣ ਦਾ ਕੋਈ ਪ੍ਰਬੰਧ ਕੀਤਾ ਗਿਆ ਹੋਵੇ, ਅਸੀਂ ਕਰਦੇ ਨਹੀਂ। ਤੇ ਜੇ ਅਸੀਂ ਇੰਨੇ ਕੁ ਕੰਮ ਵੀ ਨਹੀਂ ਕਰਨੇ ਤਾਂ ਇਜ਼ਰਾਈਲ ਵਾਲੇ ਸਾਨੂੰ ਆਟਾ ਦੇ ਦੇਣਗੇ, ਸਾਨੂੰ ਆਟਾ ਗੁੰਨ ਕੇ ਦੇ ਦੇਣਗੇ, ਪੇੜਾ ਕਰ ਦੇਣਗੇ, ਰੋਟੀ ਪਕਾ ਵੀ ਦੇਣਗੇ, ਪਰ ਉਹਨਾਂ ਨੇ ਬੁਰਕੀ ਤੋੜ ਕੇ ਸਾਡੇ ਮੂੰਹ ਚ ਨਹੀਂ ਪਾਉਣੀ, ਉਹ ਸਾਨੂੰ ਆਪ ਪਾਉਣੀ ਪੈਣੀ ਆ। ਜੇ ਇਸ ਮੌਕੇ ਤੇ ਵੀ ਅਸੀਂ ਚੁੱਪ ਕੀਤੇ ਬੈਠੇ ਰਹੇ ਕਿ ਭਾਈ ਕੋਈ ਗੱਲ ਨੀ ਵੇਖੀ ਜਾਊ, ਮੰਤਰੀ ਗਏ ਆ ਉਹ ਕਰਨਗੇ, ਜਾਂ ਸਾਰੇ ਲੀਡਰ ਜਿਹੜੇ ਨੇ ਇਸ ਮੁੱਦੇ ਦੇ ਉੱਤੇ ਵੀ ਸਿਆਸਤ ਕਰਦੇ ਰਹੇ, ਤਾਂ ਪੰਜਾਬ ਦਾ ਇਸ ਪੱਖ ਤੋਂ ਪੱਠਾ ਬੈਠਣ ਦੇ ਪੂਰੇ ਪੂਰੇ ਆਸਾਰ ਨੇ। ਵੇਖਦੇ ਆ ਕਿ ਸਿਆਸਤਦਾਨ ਜਿਹੜੇ ਨੇ ਇਸ ਮੁੱਦੇ ਤੇ ਥੋੜਾ ਬਹੁਤ ਗੰਭੀਰ ਹੁੰਦੇ ਆ ਜਾਂ ਨਹੀਂ। ਤੇ ਪੰਜਾਬ ਸਰਕਾਰ ਨੇ ਸ਼ੁਰੂ ਕਰਤੀ ਜੀ ਟੈਕਸ ਦੀ ਵਸੂਲੀ, ਇਹ ਕਿਹੜਾ ਟੈਕਸ ਹੈ? ਸੁਖਨਾਬ ਜੀ, ਜਦੋਂ ਬਜਟ ਪੇਸ਼ ਕੀਤਾ ਸੀ ਸਰਕਾਰ ਨੇ, ਉਦੋਂ ਹਲਕਾ ਜਿਹਾ ਸੰਕੇਤ ਦੇ ਦਿੱਤਾ ਸੀ ਕਿ ਅਸੀਂ ਵਿਕਾਸ ਕਰ ਲਾਉਣਾ, ਡਿਵੈਲਪਮੈਂਟ ਟੈਕਸ ਜੀ, ਉਹ ਲਾਉਣਾ ਸੀ 200 ਰੁਪਈਆ ਪ੍ਰਤੀ ਮਹੀਨਾ। ਪਰ ਹੁਣ ਤੱਕ 3-4 ਮਹੀਨੇ ਬੀਤ ਗਏ, ਕਿਸੇ ਵੀ ਡਿਪਾਰਟਮੈਂਟ ਨੂੰ ਕੋਈ ਐਸੀ ਚਿੱਠੀ ਨਹੀਂ ਸੀ ਆਈ, ਕੋਈ ਐਸਾ ਹੁਕਮ ਨਹੀਂ ਸੀ ਹੋਇਆ ਕਿ ਭਾਈ ਤੁਸੀਂ ਉਹ ਡਿਵੈਲਪਮੈਂਟ ਟੈਕਸ ਜਿਹੜਾ ਉਹ ਵਸੂਲ ਕਰਨਾ ਸ਼ੁਰੂ ਕਰ ਦਿਓ। ਪਰ ਹੁਣ ਪੰਜਾਬ ਦੀ ਸਰਕਾਰ ਨੇ ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬ ਦੇ ਜਿੰਨੇ ਡਿਪਾਰਟਮੈਂਟ ਨੇ ਉਹਦੇ ਚੀਫ ਜਿਹੜੇ ਆ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਲੋਕ ਪੰਜਾਬ ਦੇ ਵਿੱਚ ਇਨਕਮ ਟੈਕਸ ਰਿਟਰਨ ਭਰਦੇ ਆ ਉਹਨਾਂ ਨੂੰ ਸਾਲ ਦਾ 2400 ਰੁਪਈਆ ਡਿਵੈਲਪਮੈਂਟ ਟੈਕਸ ਦੇ ਰੂਪ ਦੇ ਵਿੱਚ ਦੇਣਾ ਪਏਗਾ ਜੀ। ਤੇ ਸਰਕਾਰੀ ਕਰਮਚਾਰੀਆਂ ਦੇ ਉੱਤੇ ਸਭ ਤੋਂ ਪਹਿਲੀ ਵਾਰ ਪੈਣੀ ਆ, ਕਿਉਂਕਿ ਉਹਨਾਂ ਨੂੰ ਹਰ ਮਹੀਨੇ ਤਨਖਾਹ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਖਾਤੇ ਚ ਆਉਂਦੀ ਹੈ। ਤੇ ਐਤਕੀ ਸਰਕਾਰ ਨੇ ਹੁਣ ਨਿਰਦੇਸ਼ ਦੇ ਦਿੱਤੇ ਆ ਕਿ ਜਿਹੜੀ ਤਨਖਾਹ ਇਹਨਾਂ ਨੂੰ ਮਿਲੇਗੀ ਉਹਦੇ ਵਿੱਚੋਂ ਇਹਨਾਂ ਦਾ ਹੁਣ ਤੱਕ ਦਾ ਜਿਹੜਾ ਡਿਵੈਲਪਮੈਂਟ ਟੈਕਸ ਹੈ ਉਹ ਕੱਟ ਕੇ ਇਹਨਾਂ ਨੂੰ ਦਿੱਤੀ ਜਾਵੇ। ਡਿਵੈਲਪਮੈਂਟ ਟੈਕਸ ਕੱਟਣ ਤੋਂ ਬਿਨਾਂ ਤਨਖਾਹ ਨਾ ਦਿੱਤੀ ਜਾਵੇ। ਇਹਦਾ ਮਤਲਬ ਹੈ ਕਿ 800 ਰੁਪਈਆ, 1000 ਰੁਪਈਆ ਵੱਖ ਵੱਖ ਢੰਗ ਤਰੀਕਿਆਂ ਦੇ ਨਾਲ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੇ ਖਾਤੇ ਵਿੱਚ ਐਤਕੀ ਘੱਟ ਟ੍ਰਾਂਸਫਰ ਹੋਏਗਾ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਬਹੁਤ ਸਾਰੇ ਕਰਮਚਾਰੀ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਜੀ ਦੇਖੋ ਸਾਡੀਆਂ ਡੀਏ ਦੀਆਂ 3 ਕਿਸ਼ਤਾਂ ਰੁਕੀਆਂ ਸਰਕਾਰ ਦੇ ਵੱਲ, ਅਸੀਂ ਕਹਿੰਦੇ ਸੀ ਨਹੀਂ ਕੀਤੀ। ਹੁਣ ਡੀਏ ਦੀਆਂ 3 ਕਿਸ਼ਤਾਂ ਦਿੰਦੇ ਨਹੀਂ, ਤੇ ਦੂਸਰੇ ਪਾਸੇ ਉਹ ਕਹਿੰਦੇ ਕਿ ਜਿਹੜੇ ਇਸ ਵੇਲੇ ਤੱਕ
ਕਰਮਚਾਰੀਆਂ ਦੀਆਂ ਜੇਬਾਂ ਦੇ ਵਿੱਚੋਂ ਤੁਸੀਂ ਟੈਕਸ ਜਿਹੜਾ ਕੱਟਣਾ ਸ਼ੁਰੂ ਕਰ ਦਿੱਤਾ, ਇਹ ਬਹੁਤ ਮਾੜੀ ਗੱਲ ਹੈ। ਤੁਸੀਂ ਸਾਨੂੰ ਡੀਏ ਦੀਆਂ ਤਿੰਨੋਂ ਕਿਸ਼ਤਾਂ ਦਿਓ। ਇੱਥੋਂ ਤੱਕ ਵੀ ਬਹੁਤ ਸਾਰੇ ਕਰਮਚਾਰੀਆਂ ਨੇ ਮੰਗ ਕਰਨੀ ਸ਼ੁਰੂ ਕਰਤੀ। ਉਹ ਕਹਿੰਦੇ ਕਿ ਦੇਖੋ ਇਸ ਵੇਲੇ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਸਾਡੇ ਬਕਾਏ ਜਿਹੜੇ ਪਏ ਆ ਉਹ ਵੀ ਦੇ ਦਿਓ, ਸਾਨੂੰ ਡਿਵੈਲਪਮੈਂਟ ਟੈਕਸ ਦੇਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ, ਪਰ ਤੁਹਾਨੂੰ ਸਾਡਾ ਬਣਦਾ ਹੱਕ ਦੇਣਾ ਚਾਹੀਦਾ। ਸਰਕਾਰ ਦੇ ਸਾਰੇ ਅਧਿਕਾਰੀ ਸਾਰੇ ਮੰਤਰੀ ਕਹਿੰਦੇ ਕਿ ਤੁਹਾਨੂੰ ਦੇਵਾਂਗੇ, ਥੋੜੇ ਜਿਹੇ ਦਿਨ ਲੱਗ ਸਕਦੇ ਆ, ਪਰ ਤੁਹਾਡਾ ਹੱਕ ਜਿਹੜਾ ਉਹ ਤੁਹਾਨੂੰ ਮਿਲ ਕੇ ਰਹੇਗਾ, ਕਿਉਂਕਿ ਸਾਨੂੰ ਚਾਰ ਕੁ ਪੈਸੇ ਆ ਲੈਣ ਦਿਓ ਵੱਖ ਵੱਖ ਢੰਗਾਂ ਤੋਂ, ਤੇ ਜਦੋਂ ਉਹ ਪੈਸਾ ਧੇਲਾ ਆ ਗਿਆ ਤੇ ਸਮਝ ਲਓ ਕਿ ਉਹਦੇ ਤੋਂ ਬਾਅਦ ਫਿਰ ਤੁਹਾਡੀਆਂ ਡੀਏ ਦੀਆਂ ਕਿਸ਼ਤਾਂ ਵੀ ਮਿਲਣਗੀਆਂ, ਤੁਹਾਡੇ ਬਕਾਏ ਵੀ ਮਿਲਣਗੇ। ਪਰ ਹਾਲ ਦੀ ਘੜੀ ਕਰਮਚਾਰੀਆਂ ਦੀਆਂ ਕਈ ਜਥੇਬੰਦੀਆਂ ਇਸ ਡਿਵੈਲਪਮੈਂਟ ਟੈਕਸ ਦੇ ਮੁੱਦੇ ਦੇ ਉੱਤੇ ਸੜਕਾਂ ਤੇ ਆਉਣ ਦੇ ਲਈ ਸੋਚ ਵਿਚਾਰ ਕਰ ਰਹੀਆਂ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਮਸਲਾ ਕਿ ਇਨਕਮ ਟੈਕਸ ਰਿਟਰਨ ਜਿਹੜਾ ਵੀ ਬੰਦਾ ਭਰਦਾ ਉਹ ਸਰਕਾਰੀ ਨੌਕਰੀ ਕਰਦਾ, ਪ੍ਰਾਈਵੇਟ ਕਰਦਾ, ਉਹ ਖੇਤੀਬਾੜੀ ਕਰਦਾ, ਉਹ ਡੇਅਰੀ ਫਾਰਮਿੰਗ ਕਰਦਾ, ਕੁਝ ਵੀ ਹੈ, ਉਹਨਾਂ ਸਾਰਿਆਂ ਦੇ ਲਈ ਹੁਣ ਇਨਕਮ ਟੈਕਸ ਰਿਟਰਨ ਜਿਹਨਾਂ ਨੇ ਭਰੀ ਹੈ ਜ਼ਰੂਰੀ ਹੈ ਕਿ 2400 ਰੁਪਇਆ ਮਹੀਨੇ ਦਾ ਡਿਵੈਲਪਮੈਂਟ ਟੈਕਸ ਦੇ ਰੂਪ ਦੇ ਵਿੱਚ ਆ ਕੇ ਜਮ੍ਹਾਂ ਕਰਾਏ, ਤੇ ਜਦੋਂ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਨੇਪਰੇ ਚੜ ਜੂਗੀ, ਉਮੀਦ ਹੈ ਕਿ ਉਹਦੇ ਤੋਂ ਬਾਅਦ ਫਿਰ ਹੋ ਸਕਦਾ ਕਿ ਜਿਹੜੇ ਕਿਸਾਨ ਨੇ ਜਾਂ ਹੋਰ ਲੋਕ ਨੇ ਜਿਨ੍ਹਾਂ ਨੇ ਜਦੋਂ ਟੈਕਸ ਭਰਨਾ ਉਦੋਂ ਹੀ ਸੀਏ ਦੇ ਕੋਲ ਜਾਣਾ, ਉਹ ਵੀ ਹੌਲੀ ਹੌਲੀ ਆਪਣੇ ਹਿੱਸੇ ਦਾ ਜਿਹੜਾ ਟੈਕਸ ਦੇਣ ਲੱਗਣਗੇ। ਪਰ ਹਾਲ ਦੀ ਘੜੀ ਪਹਿਲੀ ਮਾਰ ਜਿਹੜੀ ਹੈ ਇਸ ਡਿਵੈਲਪਮੈਂਟ ਟੈਕਸ ਦੀ ਉਹ ਪੰਜਾਬ ਸਰਕਾਰ ਦੇ ਕਰਮਚਾਰੀਆਂ ਤੇ ਪਈ ਹੈ। ਜੀ ਮਾਰ ਸਾਹਿਬ ਇੱਕ ਬ੍ਰੇਕ ਲੈ ਲਈਏ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਤੇ ਆਪਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ, ਇਹ ਤਾਂ ਕਮਾਲ ਹੀ ਹੋ ਗਿਆ ਵਾਟ ਸਾਹਿਬ। ਸੁਖਨਾਬ ਜੀ, ਆਮ ਆਦਮੀ ਪਾਰਟੀ ਥੋੜਾ ਥੋੜਾ ਸਰਗਰਮ ਹੋਣ ਦਾ ਯਤਨ ਕਰ ਰਹੀ ਹੈ, ਵਿੱਚ ਵਿਚਾਲੇ ਇਕੱਠੇ ਵੀ ਹੋ ਜਾਂਦੇ ਆ, ਵਿੱਚ ਵਿਚਾਲੇ ਫਸ ਵੀ ਪੈਂਦੇ ਆ। ਕੋਟਕਪੁਰਾ ਦੇ ਵਿੱਚ ਜਦੋਂ ਪ੍ਰੇਮ ਨਗਰ ਦੇ ਵਿੱਚ ਗਏ ਆ ਬਲਵਿੰਦਰ ਦੇ ਘਰੇ, ਜਿਹੜਾ ਬਲਵਿੰਦਰ ਪਿਛਲੇ ਦਿਨਾਂ 'ਚ 22 ਸਾਲਾਂ ਦੀ ਉਮਰ 'ਚ ਮੌਤ ਦੇ ਮੂੰਹ ਜਾ ਪਿਆ ਸੀ, ਸੁਖਪਾਲ ਸਿੰਘ ਖਹਿਰਾ ਵੀ ਸੀ ਇਹਦੇ ਨਾਲ ਨਾਲ, ਕੁਲਤਾਰ ਸਿੰਘ ਸੰਧਵਾਂ ਤੇ ਡਾਕਟਰ ਬਲਵੀਰ ਸਿੰਘ ਹੋਰੀ ਵੀ ਸੀ। ਇਹਨਾਂ ਦੋਵਾਂ ਬੰਦਿਆਂ ਦੀ ਖਹਿਰਾ ਸਾਹਿਬ ਦੇ ਨਾਲ ਬਹੁਤੀ ਬਣਦੀ ਤਾਂ ਹੈ ਨਹੀਂ, ਆਪਸ ਵਿੱਚ ਘਿਓ ਖਿਚੜੀ ਵਾਲੀ ਗੱਲ ਤਾਂ ਕੋਈ ਨਹੀਂ, ਪਰ ਫਿਰ ਵੀ ਤਿੰਨੋ ਜਣੇ ਇਕੱਠੇ ਗਏ ਤੇ ਉੱਥੇ ਜਾ ਕੇ ਅਫਸੋਸ ਪ੍ਰਗਟ ਕੀਤਾ, ਤੇ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦੇ ਦੇਖੋ ਹੁਣ ਤਾਂ ਕਪਤਾਨ ਸਾਹਿਬ ਨੂੰ ਜਾਗਣਾ ਹੀ ਚਾਹੀਦਾ, ਹੁਣ ਤਾਂ ਜਿਹਨਾਂ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਇਲਜ਼ਾਮ ਲੱਗਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਉਹ ਕਹਿੰਦੇ ਇਹਦੇ ਤੋਂ ਵੱਡੇ ਸਬੂਤ ਹੁਣ ਕੀ ਚਾਹੀਦੇ ਆ ਕਿ ਲੋਕ ਪੁਲਿਸ ਦੇ ਥਾਣਿਆਂ ਦੇ ਮੂਹਰੇ ਜਾ ਕੇ ਧਰਨੇ ਪ੍ਰਦਰਸ਼ਨ ਕਰਨ ਲੱਗ ਪਏ ਕਿ ਤੁਹਾਡੀ ਸ਼ਹਿਰ ਦੇ ਉੱਤੇ ਨਸ਼ੇ ਵਿਕਦੇ ਆ। ਹੁਣ ਇਹਦੇ ਨਾਲ ਨਾਲ ਅਗਲੀ ਗੱਲ ਕਿ ਆਮ ਆਦਮੀ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਅਸੀਂ 2 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਿਲਣ ਜਾਵਾਂਗੇ, ਉਹਨਾਂ ਦੀ ਸਰਕਾਰੀ ਰਹਾਇਸ਼ ਵੱਲ ਰੋਸ ਮਾਰਚ ਕਰਨਾ, ਫਿਰ ਉਹਨਾਂ ਨੂੰ ਮਿਲਣਾ। ਜੇ ਤਾਂ ਕੈਪਟਨ ਅਮਰਿੰਦਰ ਸਿੰਘ ਉਹ ਕਹਿੰਦੇ ਸਾਡੇ ਨਾਲ ਮੁਲਾਕਾਤ ਕਰਨਗੇ, ਸਾਡੀ ਗੱਲ ਸੁਣਨਗੇ ਤਾਂ ਬਹੁਤ ਵਧੀਆ, ਨਹੀਂ ਤਾਂ ਅਸੀਂ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਵੀ ਦੇਣਾ। ਇਹਦੇ ਨਾਲ ਨਾਲ ਆਮ ਆਦਮੀ ਪਾਰਟੀ ਦਾ ਯੂਥ ਵਿੰਗ ਵੀ ਜਿਹੜਾ ਉਹ ਸੁਖਨਾਬ ਜੀ ਹੁਣ ਸਰਗਰਮ ਲੱਗਦਾ, ਮਨਜਿੰਦਰ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਗਈ ਸੀ ਯੂਥ ਵਿੰਗ ਦੀ, ਤੇ ਨਾਲ ਦੀ ਨਾਲ ਬਰਨਾਲੇ ਤੋਂ MLA ਮੀਥੇਰ ਉਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਸੀ, ਇੰਚਾਰਜ ਬਣਾਇਆ ਗਿਆ ਕਿ ਤੁਸੀਂ ਵੇਖਣਾ ਯੂਥ ਵਿੰਗ ਦਾ ਕੰਮ। ਹੁਣ ਮਨਜਿੰਦਰ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ, ਉਹ ਕਹਿੰਦੇ ਕਿ ਅਸੀਂ ਪਰਸੋਂ ਨੂੰ ਨਸ਼ਿਆਂ ਤੋਂ ਸਭ ਤੋਂ ਵੱਧ ਜਿਹੜਾ ਪੀੜਿਤ ਤਰਨ ਤਾਰਨ ਜ਼ਿਲ੍ਹਾ ਉਸ ਤਰਨ ਤਾਰਨ ਜ਼ਿਲ੍ਹੇ ਦੇ SSP ਦੇ ਦਫ਼ਤਰ ਦਾ ਸਵੇਰੇ 10 ਵਜੇ ਘਿਰਾਓ ਕਰਾਂਗੇ, ਤੇ ਉਹਨਾਂ ਪਰਿਵਾਰਾਂ ਨੂੰ ਵੀ ਕਹਿੰਦੇ ਅਸੀਂ ਸੱਦਾ ਦਿੱਤਾ ਜਿਨ੍ਹਾਂ ਪਰਿਵਾਰਾਂ ਦੇ ਪੁੱਤ ਪਿਛਲੇ ਦਿਨਾਂ ਦੇ ਵਿੱਚ ਜਹਾਨ ਛੱਡ ਗਏ, ਅਸੀਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਓ। ਹੁਣ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਨੇ ਡਾਕਟਰ ਬਲਵੀਰ ਸਿੰਘ, ਉਹ ਕਹਿੰਦੇ ਜੀ ਦੇਖੋ ਨਸ਼ੇ ਜਾਨਲੇਵਾ ਸਾਬਿਤ ਹੋ ਰਹੇ ਨੇ ਪੰਜਾਬ ਦੇ ਨੌਜਵਾਨਾਂ ਦੇ ਲਈ, ਇਸ ਕਰਕੇ ਯੂਥ ਵਿੰਗ ਨੇ ਜਿੱਥੇ ਆਪਣੀ ਪੱਧਰ ਦੇ ਉੱਤੇ 30 ਜੂਨ ਨੂੰ ਤਰਨ ਤਾਰਨ ਦੇ SSP ਦਫ਼ਤਰ ਦਾ ਘਿਰਾਓ ਕਰਨਾ, ਉੱਥੇ ਕਹਿੰਦੇ ਅਸੀਂ 2 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚੇਤੇ ਕਰਾਉਣਾ ਕਿ ਭਾਈ ਤੁਸੀਂ ਮੁੱਖ ਮੰਤਰੀ ਹੋ, ਜੇ ਪੰਜਾਬ ਸੂਬੇ ਦੇ ਵਿੱਚ ਕੋਈ ਕਤਲ ਹੁੰਦਾ, ਜੇ ਪੰਜਾਬ ਸੂਬੇ ਦੇ ਵਿੱਚ ਕੋਈ ਨਸ਼ੇ ਦੇ ਕਰਕੇ ਮੌਤ ਹੁੰਦੀ ਹੈ ਤਾਂ ਤੁਹਾਡੀ ਉੱਥੇ ਜ਼ਿੰਮੇਵਾਰੀ ਤੈਅ ਹੋਣੀ ਹੈ। ਉਹ ਕਹਿੰਦੇ ਕਿ ਸਾਰੇ ਵਿਧਾਇਕ, ਸਾਰੇ ਜ਼ੋਨ ਪ੍ਰਧਾਨ, ਸੀਨੀਅਰ ਆਗੂ ਸਾਰਿਆਂ ਨੇ ਕਾਲੀਆਂ ਪੱਟੀਆਂ ਬੰਨ ਕੇ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਿਹਾਇਸ਼ ਦੇ ਵੱਲ ਮਾਰਚ ਕਰਨਾ, ਤੇ ਨਾਲ ਦੀ ਨਾਲ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਇਸ ਕਰਕੇ ਵੱਧ ਜ਼ਿੰਮੇਵਾਰ ਹੋਣੇ ਚਾਹੀਦੇ ਹੈ ਕਿਉਂਕਿ ਉਹਨਾਂ ਦੇ ਕੋਲ ਗ੍ਰਹਿ ਮੰਤਰਾਲਾ ਵੀ ਹੈ ਤੇ ਗ੍ਰਹਿ ਮੰਤਰਾਲੇ ਦੇ ਕੋਲ ਪੰਜਾਬ ਦੀ ਪੁਲਿਸ ਹੈ ਤੇ ਪੰਜਾਬ ਦੀ ਪੁਲਿਸ ਦੇ ਉੱਤੇ ਇਲਜ਼ਾਮ ਲੱਗ ਰਿਹਾ, ਇਸ ਕਰਕੇ ਸਿੱਧੇ ਤੌਰ ਦੇ ਉੱਤੇ ਉਹ ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਬਰੀ ਕਰਨਾ ਜਿਹੜਾ ਉਹ ਗਲਤ ਹੋਏਗਾ। ਸੋ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਪਰਸੋਂ ਨੂੰ ਧਰਨਾ ਦੇਣਾ 30 ਤਰੀਕ ਨੂੰ ਤਰਨ ਤਾਰਨ ਦੇ SSP ਦਫ਼ਤਰ ਦੇ ਮੂਹਰੇ ਉੱਥੇ ਕਿੰਨਾ ਕੁ ਇਕੱਠ ਹੁੰਦਾ, ਕਿਉਂਕਿ ਮਾਝਾ ਇੱਕ ਐਸਾ ਇਲਾਕਾ ਜਿੱਥੋਂ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਵੋਟਾਂ ਪਈਆਂ ਸੀ ਵਿਧਾਨ ਸਭਾ ਦੀ ਚੋਣ ਦੌਰਾਨ
ਤੇ ਲੋਕ ਸਭਾ ਦੀ ਚੋਣ ਦੇ ਵਿਚ ਵੀ ਮਾਝੇ ਦੇ ਲੋਕਾਂ ਨੇ ਕੋਈ ਬਹੁਤਾ ਸਾਥ ਨਹੀਂ ਦਿੱਤਾ, ਜ਼ਮਾਨਤਾਂ ਹੀ ਜ਼ਬਤ ਹੋਈਆਂ। ਇਸ ਕਰਕੇ ਪਰਸੋਂ ਦਾ ਜਿਹੜਾ ਧਰਨਾ ਉਹ ਮਾਝੇ ਦੇ ਖੇਤਰ ਚ ਤਰਨ ਤਾਰਨ ਦੇ ਵਿਚ ਹੈ, ਤੇ ਕਿੰਨੇ ਕੁ ਲੋਕ ਜਿਹੜੇ ਨੇ ਇਸ ਧਰਨੇ ਦੇ ਵਿਚ ਸ਼ਮੂਲੀਅਤ ਕਰਦੇ ਆ, ਆਮ ਆਦਮੀ ਪਾਰਟੀ ਇਸ ਮੌਕੇ ਤੇ ਕਿੰਨਾ ਕੁ ਚੰਗੇ ਤਰੀਕੇ ਦੇ ਨਾਲ ਲੋਕਾਂ ਦਾ ਪੱਖ ਜਿਹੜਾ ਪ੍ਰਸ਼ਾਸਨ ਤੇ ਸਰਕਾਰ ਦੇ ਸਾਹਮਣੇ ਪੇਸ਼ ਕਰਨ ਦੇ ਵਿਚ ਸਫਲ ਹੁੰਦੀ ਹੈ। ਇਹ ਆਪਣੇ ਆਪ ਦੇ ਵਿਚ ਇਹ ਦੋ ਪ੍ਰੋਗਰਾਮ ਜਿਹੜੇ ਇੱਕ 30 ਤਰੀਕ ਦਾ ਤੇ ਦੂਸਰਾ 2 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਦਾ ਘਰ ਕੇ ਦੰਦਾ, ਇਹ ਬਹੁਤ ਇੰਪੋਰਟੈਂਟ ਨੇ। ਤੇ ਨਾਲ ਦੀ ਨਾਲ ਇਹ ਵੀ ਗੱਲ ਪੱਕੀ ਹੈ ਕਿ ਜੇ ਆਮ ਆਦਮੀ ਪਾਰਟੀ ਨਸ਼ਿਆਂ ਦੇ ਇਸ ਮੁੱਦੇ ਦੇ ਉੱਤੇ ਠੋਕ ਕੇ ਪਿੰਡ ਪੱਧਰੀ ਮੁਹਿੰਮ ਚਲਾਉਣ ਦੇ ਵਿਚ ਕਾਮਯਾਬ ਹੋ ਗਈ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕੁਝ ਹੱਦ ਤੱਕ ਹੀ ਸਹੀ ਆਪਣਾ ਖੁੱਸਿਆ ਹੋਇਆ ਜਨ ਆਧਾਰ ਜਿਹੜਾ ਉਹ ਵਾਪਸ ਪਰਤਾਉਣ ਦਾ ਯਤਨ ਕਰੇਗੀ। ਜੀ ਤੇ ਫਿਰ ਮੋਤੀਆਂ ਵਾਲੀ ਸਰਕਾਰ ਨੂੰ ਸੱਦ ਲੈਣਗੇ ਜੀ ਅਕਾਲ ਤਖ਼ਤ ਦੇ ਉੱਤੇ? ਸੁਖਨਾਬ ਜੀ ਬਠਿੰਡੇ ਵਾਲੀ ਹਵਾਵਾਂ ਆਉਂਦੀਆਂ ਕਿ ਭਾਈ ਸੱਦ ਹੀ ਲੈਣਾ, ਅੱਜ ਨੀ ਭਲਖ। ਦੇਖੋ ਮਸਲਾ ਫਿਰ ਗੁਟਕਾ ਸਾਹਿਬ ਵਾਲਾ ਆ ਗਿਆ, ਕਿਉਂਕਿ ਚਰਚਾ ਜਦੋਂ ਦੀ ਨਸ਼ਿਆਂ ਦੀ ਚੱਲੀ ਹੈ ਕਿ ਨਸ਼ਿਆਂ ਦੇ ਕਰਕੇ ਗੱਭਰੂ ਮਰ ਰਹੇ ਆ, ਉਦੋਂ ਤੋਂ ਲੋਕਾਂ ਨੂੰ ਫੇਰ ਉਹ ਸੀਨ ਚੇਤੇ ਆ ਗਿਆ, ਉਹ ਦ੍ਰਿਸ਼ ਚੇਤੇ ਆ ਗਿਆ ਜਦੋਂ ਹਜ਼ਾਰਾਂ ਦਾ ਇਕੱਠ ਸੀ ਬਠਿੰਡੇ ਚ, ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਨਾਲ 30-35 ਕਾਂਗਰਸੀ ਹੋਰ ਸਟੇਜ ਦੇ ਉੱਤੇ ਬਿਰਾਜਮਾਨ ਸੀ। ਕੈਪਟਨ ਅਮਰਿੰਦਰ ਸਿੰਘ ਖੜੇ ਹੋ ਕੇ ਭਾਸ਼ਣ ਦੇਣ ਲੱਗਦੇ ਜੇ ਮੁੱਖ ਮੰਤਰੀ ਨਹੀਂ ਸੀ ਬਣੇ ਦੂਸਰੀ ਵਾਰੀ, ਤੇ ਉਹਨਾਂ ਨੂੰ ਰਮਨਜੀਤ ਸਿੰਘ ਸਿੱਕੀ ਖਡੂਰ ਸਾਹਿਬ ਵਾਲੇ MLA ਉਹ ਗੁਟਕਾ ਸਾਹਿਬ ਹੱਥ ਦੇ ਵਿੱਚ ਫੜਾਉਂਦੇ ਆ। ਕੈਪਟਨ ਅਮਰਿੰਦਰ ਸਿੰਘ ਦੋਵਾਂ ਹੱਥਾਂ ਦੇ ਨਾਲ ਗੁਟਕਾ ਸਾਹਿਬ ਫੜਦੇ ਆ, ਮੱਥੇ ਨੂੰ ਲਾਉਂਦੇ ਆ, ਤੇ ਉਹਦੇ ਤੋਂ ਬਾਅਦ ਇੱਕ ਇਤਿਹਾਸਕ ਗੁਰੂ ਘਰ ਦੇ ਵੱਲ ਮੂੰਹ ਕਰਕੇ ਕਹਿੰਦੇ ਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦਾ ਕਿ ਮੈਂ ਚੋਣਾਂ ਜਿੱਤਣ ਮਗਰੋਂ 4 ਹਫ਼ਤਿਆਂ ਦੇ ਅੰਦਰ ਅੰਦਰ ਨਸ਼ੇ ਦਾ ਲੱਕ ਤੋੜ ਕੇ ਰੱਖ ਦੂੰ। ਚਲੋ ਉਹ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ, ਹੁਣ 65 ਹਫ਼ਤੇ ਬੀਤ ਗਏ ਆ ਸਰਕਾਰ ਬਣੀ ਨੂੰ, ਤੇ 65 ਹਫ਼ਤਿਆਂ ਦੇ ਵਿੱਚ ਅਜੇ ਤੱਕ ਨਸ਼ੇ ਸੁਦਾਗਰਾਂ ਦਾ ਲੱਕ ਤਾਂ ਕੀ ਆ ਲੱਗਦਾ, ਕਦੇ ਕਦੇ ਲੱਤ ਵੀ ਨਹੀਂ ਟੁੱਟਣੀ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਉਹ ਕਹਿੰਦੇ ਜੀ ਦੇਖੋ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਪਹਿਲਾਂ ਤਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਧੀ, ਉਹਦੇ ਤੋਂ ਬਾਅਦ ਸਹੁੰ ਜਿਹੜੇ ਕੰਮ ਦੀ ਖਾਧੀ ਸੀ ਉਸ ਪ੍ਰਣ ਨੂੰ ਉਹ ਨਿਭਾ ਨਹੀਂ ਸਕੇ। ਇਹ ਗੁਟਕਾ ਸਾਹਿਬ ਦਾ ਅਪਮਾਨ ਹੈ, ਇਹ ਸਿੱਖ ਧਰਮ ਦੀ ਮਰਿਆਦਾ ਦੇ ਬਿਲਕੁਲ ਉਲਟ ਹੈ। ਤੇ ਨਾਲ ਦੀ ਨਾਲ ਉਹਨਾਂ ਇਹ ਵੀ ਦੋਸ਼ ਲਾਇਆ, ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਸਟੇਜ ਤੋਂ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਗੁਟਕਾ ਸਾਹਿਬ ਨੂੰ ਗਵਾਹ ਬਣਾਇਆ, ਇਹ ਸਾਰਾ ਕੁਝ ਕਹਿੰਦੇ ਸਭ ਪਤਾ ਲੱਗਦਾ ਕਿ ਵੋਟਾਂ ਲੈਣ ਦੇ ਲਈ ਕੀਤਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸੰਕੇਤ ਦਿੱਤਾ, ਕਹਿੰਦੇ ਜੇ ਕੋਈ ਵੀ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਲਿਖਤੀ ਸ਼ਿਕਾਇਤ ਇਸ ਮਸਲੇ ਤੇ ਦਿੰਦਾ ਤਾਂ ਉਸ ਵਿਅਕਤੀ ਨੂੰ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਹਿੰਦੇ ਅਸੀਂ ਤਾਂ ਕੁਝ ਨਹੀਂ ਕਹਿਣਾ, ਪਰ ਉਹਦੀ ਸ਼ਿਕਾਇਤ ਦੇ ਉੱਤੇ ਅਸੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕਰਨ ਦੇ ਬਾਰੇ ਚਰਚਾ ਕਰ ਸਕਦੇ ਹਾਂ। ਸੋ ਬੜੀ ਛੇਤੀ ਇੱਕ ਵਾਰੀ ਫਿਰ ਜਿਹੜਾ ਉਹ ਸਿਲਸਿਲਾ ਚੱਲਣਾ ਹੈ ਬੈਠਕ ਦਾ, ਪੰਜ ਸਿੰਘ ਸਾਹਿਬਾਨ ਇਕੱਠੇ ਹੋਣਗੇ, ਵੇਖਦੇ ਹਾਂ ਕਿ ਉਦੋਂ ਤੱਕ ਕੋਈ ਲਿਖਤੀ ਸ਼ਿਕਾਇਤ ਜਿਹੜੀ ਹੈ ਜਥੇਦਾਰਾਂ ਦੇ ਕੋਲੇ ਆਉਂਦੀ ਹੈ ਕਿ ਨਹੀਂ ਆਉਂਦੀ। ਤੇ ਨਾਲ ਦੀ ਨਾਲ ਹੁਣ ਤੱਕ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰੀ ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦਾ ਸਟੈਪ ਹੀ ਗਲਤ ਸੀ ਕਿ ਉਹ ਜਨਤਕ ਰੈਲੀ ਚ ਗਏ, ਗੁਟਕਾ ਸਾਹਿਬ ਹੱਥ ਦੇ ਵੜ ਕੇ ਸਹੁੰ ਖਾਧੀ, ਉਹ ਕਹਿੰਦੇ ਵਚਨਾਂ ਤੇ ਪਹਿਰਾ ਨਹੀਂ ਦਿੱਤਾ। ਤੇ ਨਾਲ ਦੀ ਨਾਲ ਹੁਣ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਜਦੋਂ ਉਹਨਾਂ ਨੂੰ ਪੁੱਛਿਆ ਕਹਿੰਦੇ ਦੇਖੋ ਸਹੁੰ ਚੁੱਕੇ ਜਾਣਾ ਹੀ ਗਲਤ ਸੀ, ਇੱਦਾਂ ਦੇ ਸਿਆਸੀ ਮਸਲੇ ਦੇ ਕਹਿੰਦੇ ਲਈ ਸਹੁੰ ਕਾਹਤੋਂ ਚੁੱਕਣੀਆਂ। ਇਸ ਕਰਕੇ ਕਹਿੰਦੇ ਮਰਿਆਦਾ ਦੇ ਉਲਟ ਵੀ ਹੈ ਕਿ ਉਹਨਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦੇ ਮੁੱਖ ਮੰਤਰੀ ਬਣੇ ਆ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਨੇ ਉਹ ਕਈ ਗੁਣਾ ਵੱਧ ਚੁੱਕੇ ਆ। ਸੋ ਵੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਏਗੀ ਕਿ ਨਹੀਂ ਜਾਏਗੀ। ਜੇ ਜਾਏਗੀ ਤਾਂ ਕੀ ਜਥੇਦਾਰ ਸਾਹਿਬਾਨ ਵਿਚਾਰ ਚਰਚਾ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਸੱਦਣਗੇ? ਜੇ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਜਾਏਗਾ ਤਾਂ ਮੁੱਖ ਮੰਤਰੀ ਜਾ ਕੇ ਆਪਣਾ ਪੱਖ ਕਿਵੇਂ ਰੱਖਣਗੇ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੇਹੱਦ ਮਹੱਤਵਪੂਰਨ ਨੇ। ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਪੁੱਛਿਆ ਗਿਆ ਕਿ ਜੇ ਮੰਨ ਲਓ ਕਿਸੇ ਨੇ ਵੀ ਸ਼ਿਕਾਇਤ ਲਿਖਤੀ ਦਿੱਤੀ ਨਾ ਅਗਲਾ ਪੰਜਾਬ ਦਾ ਮੁੱਖ ਮੰਤਰੀ, ਇਹ ਕੌਣ ਦੇਗਾ ਸ਼ਿਕਾਇਤ? ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਕੋਈ ਵੀ ਨਹੀਂ ਸ਼ਿਕਾਇਤ ਦੇਗਾ ਮੈਂ ਆਪਣੇ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਦੇ ਵਿੱਚ ਇਹ ਮੁੱਦਾ ਚੁੱਕੂੰਗਾ ਜ਼ਰੂਰ। ਸੋ ਕਿਸੇ ਵੀ ਵੇਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤੇ ਜਾਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਬਿਲਕੁਲ ਪੈਦਾ ਹੋ ਚੁੱਕੀਆਂ ਨੇ ਜੀ। ਤੇ ਬਹਿਬਲ ਕਲਾਂ ਜਿਹੜਾ ਮਾਮਲਾ ਜੀ, ਅਦਾਲਤ ਨੇ ਪੁਲਿਸ ਨੂੰ ਕਾਹਤੋਂ ਝਾੜ ਪਾਤੀ? ਸੁਖਨਾਬ ਜੀ ਦੇਖੋ ਲੰਬਾ ਸਮਾਂ ਹੋ ਗਿਆ, ਕਈ ਸਾਲ ਬੀਤ ਗਏ ਉਸ ਘਟਨਾ ਨੂੰ ਘਟਿਆ। ਕਾਰਨ ਤਾਂ ਸਿਰਫ ਇੰਨਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਹਦੇ ਤੋਂ ਬਾਅਦ ਕਥਿਤ ਤੌਰ ਦੇ ਉੱਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਗੋਲੀ ਚ ਧਰਨਾ ਦਿੱਤਾ ਗਿਆ। ਧਰਨੇ ਤੇ ਪੁਲਿਸ ਵਾਲਿਆਂ ਨੇ ਗੋਲੀ ਚਲਾਈ। ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦੋ ਸਿੱਖ
ਉਸ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ, ਮਾਰੇ ਗਿਆ, ਕੁਝ ਜ਼ਖਮੀ ਵੀ ਹੋਏ। ਤੇ ਜਦੋਂ ਪਰਚਾ ਦਰਜ ਕੀਤਾ ਗਿਆ ਤਾਂ ਅਣਪਛਾਤੇ ਪੁਲਿਸ ਕਰਮਚਾਰੀਆਂ ਤੇ ਦਰਜ ਕੀਤਾ। ਪੁਲਿਸ ਕਿਵੇਂ ਅਣਪਛਾਤੀ ਹੋ ਸਕਦੀ ਹੈ, ਸਵਾਲ ਖੜਾ। ਇਹਦੇ ਤੋਂ ਬਾਅਦ ਇਹ ਗੱਲ ਜਿਹੜੀ ਹੈ ਸਾਫ਼ ਤੇ ਸਪਸ਼ਟ ਹੋ ਗਈ ਸੀ ਕਿ ਇਨਸਾਫ਼ ਸ਼ਾਇਦ ਨਾ ਮਿਲੇ। ਪਰ ਕ੍ਰਿਸ਼ਨ ਭਗਵਾਨ ਸਿੰਘ ਦਾ ਭਰਾ ਰੇਸ਼ਮ ਸਿੰਘ ਨਹੀਂ ਟਲਿਆ, ਉਹਨੇ ਉਦਮ ਕੀਤਾ, ਕੋਸ਼ਿਸ਼ ਕੀਤੀ ਤੇ ਆਪਣੇ ਉਪ ਵਕੀਲ ਅਮਿਤ ਕੁਮਾਰ ਮਿੱਤਲ ਦੇ ਰਾਹੀਂ ਅਦਾਲਤ ਦੇ ਵਿੱਚ ਪਟੀਸ਼ਨ ਪਾ ਦਿੱਤੀ ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਟੀਸ਼ਨ ਜਿਹੜੀ ਹੈ ਉਹ ਮੇਰੇ ਇਕੱਲੇ ਦੀ ਨਹੀਂ ਹੋਏਗੀ, ਕੁਝ ਇੱਕ ਹੋਰ ਲੋਕ ਨੇ ਜਿਹੜੇ ਮੇਰੇ ਨਾਲ ਹੋਣਗੇ। ਹੁਣ ਇੱਥੇ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਮਸਲਾ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਪੁਲਿਸ ਨੂੰ ਗੋਲੀਆਂ ਚਲਾਉਣ ਤੋਂ ਪਹਿਲਾਂ ਚੇਤਾਵਨੀ ਦੇਣੀ ਚਾਹੀਦੀ ਸੀ, ਪਰ ਧਰਨਾਕਾਰੀਆਂ ਨੂੰ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਦਿੱਤੀ ਗਈ ਤੇ ਉਹਨਾਂ ਦੇ ਉੱਤੇ ਅੰਨੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਗਿਆ। 350 ਪੁਲਿਸ ਦੇ ਕਰਮਚਾਰੀ ਉਹ ਕਹਿੰਦੇ ਮੌਕੇ ਤੇ ਤੈਨਾਤ ਸੀ। ਹੁਣ ਜਿਸ ਮੋੜ ਦੇ ਉੱਤੇ ਕੇਸ ਸੁਖਨੈਬ ਜੀ ਅੱਪੜ ਚੁੱਕਾ, ਚਾਰ ਜ਼ਿਲ੍ਹਿਆਂ ਦੀ ਪੁਲਿਸ ਤੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ, ਕਿਉਂਕਿ 1.5 ਸਾਲ ਹੋ ਗਿਆ ਵਕੀਲ ਅਮਿਤ ਕੁਮਾਰ ਮਿੱਤਲ ਦੇ ਰਾਹੀਂ ਇਸ ਮੁੱਦੇ ਦੇ ਉੱਤੇ ਜਿਹੜੇ ਸਰਕਾਰੀ ਡਾਕਟਰ ਸਾਹਿਬ ਨੇ ਉਹਨਾਂ ਨੇ ਵੀ ਕਹਿੰਦੇ ਕਹਿ ਦਿੱਤਾ ਕਿ ਭਾਈ ਇਹ ਗੋਲੀਆਂ ਲੱਗਣ ਦੇ ਨਾਲ ਮੌਤਾਂ ਹੋਈਆਂ। ਹੁਣ ਪੁਲਿਸ ਨੇ ਪਰਚਾ ਦਰਜ ਕਰ ਲਿਆ, ਪਰ ਪੁਲਿਸ ਨੇ ਪਰਚਾ ਅਣਪਛਾਤਿਆਂ ਤੇ ਦਰਜ ਕੀਤਾ, ਜਦਕਿ ਅਣਪਛਾਤਿਆਂ ਦੇ ਉੱਤੇ ਪਰਚਾ ਨਹੀਂ ਹੋਣਾ ਚਾਹੀਦਾ, ਪਛਾਣਿਆਂ ਤੇ ਚਾਹੀਦਾ ਸੀ। ਇਹਦੇ ਨਾਲ ਨਾਲ 3 ਬੰਦੇ ਗਵਾਹੀ ਦੇ ਚੁੱਕੇ ਆ, ਪਰ ਹੈਰਾਨੀ ਦੀ ਗੱਲ ਸੁਖਨੈਬ ਜੀ ਇਹ ਕਿ ਅਜੇ ਤੱਕ ਵੀ ਪੰਜਾਬ ਦੀ ਪੁਲਿਸ ਨੇ 1.5 ਵਰ੍ਹਾ ਬੀਤ ਜਾਣ ਦੇ ਬਾਵਜੂਦ ਆਪਣਾ ਪੱਖ ਉੱਥੇ ਸਪਸ਼ਟ ਕੀਤਾ ਹੀ ਨਹੀਂ ਕਿ ਜਿਹਦੇ ਨਾਲ ਜੱਜ ਸਾਹਿਬ ਨੂੰ ਸਾਫ਼ ਹੋ ਸਕੇ ਕਿ ਭਾਈ ਇਹ ਸਾਰਾ ਕੁਝ ਤਾਂ ਜਿਹੜਾ ਉਹ ਠੀਕ ਹੋ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਮਾਮਲੇ ਦਾ ਫੈਸਲਾ ਦੇ ਦੇਣਾ। ਪਰ ਜਦੋਂ ਬਾਰ ਬਾਰ ਤਰੀਕਾਂ ਪਈ ਗਈਆਂ, ਪੁਲਿਸ ਨੇ ਆਪਣਾ ਪੱਖ ਨਹੀਂ ਨਾ ਪੇਸ਼ ਕੀਤਾ। ਉਹਦੇ ਤੋਂ ਬਾਅਦ ਜਸਟਿਸ ਚੇਤਨ ਸ਼ਰਮਾ ਨੇ 31 ਅਗਸਤ ਦੀ ਤਰੀਕ ਨਿਰਧਾਰਿਤ ਕਰਤੀ ਕਿ 31 ਅਗਸਤ ਤੱਕ ਜੇ ਤਾਂ ਮਸਲਾ ਮਾੜਾ ਮੋਟਾ ਕੰਟਰੋਲ ਦੇ ਵਿੱਚ ਪਾਉਂਦਾ ਠੀਕ ਹੈ, ਪਰ ਜੇ ਮਸਲਾ ਕੰਟਰੋਲ ਦੇ ਵਿੱਚ ਨਹੀਂ ਆਏਗਾ, ਕੋਈ ਵੀ ਜਿਹੜਾ ਆਪਣਾ ਪੱਖ ਪੁਲਿਸ ਦੁਆਰਾ ਸਪਸ਼ਟ ਨਹੀਂ ਕੀਤਾ ਜਾਏਗਾ, ਤਾਂ ਫਿਰ ਆਪਾਂ ਸਿੱਧੇ ਤੌਰ ਦੇ ਉੱਤੇ ਇੱਕ ਪਾਸੜ ਵੀ ਫੈਸਲਾ ਕਰ ਸਕਦੇ ਹਾਂ। ਦੇਖੋ ਇਹ ਗੱਲ ਆਪਾਂ ਸਾਰਿਆਂ ਨੂੰ ਪਤਾ ਕਿ ਪੁਲਿਸ ਨੇ ਕਹਾਣੀ ਕੋਈ ਏਦਾਂ ਦੀ ਕਰਨੀ ਹੈ ਕਿ ਜੀ ਉੱਥੇ ਹਿੰਸਾ ਫੈਲ ਚੱਲੀ ਸੀ, ਉੱਥੇ ਲੋਕੀ ਇੱਕ ਦੂਜੇ ਨੂੰ ਵੱਢਣ ਟੁੱਕਣ ਲੱਗ ਪਏ ਸੀ, ਇਸ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ ਗਿਆ ਕਿ ਹੁਣ ਸਾਨੂੰ ਗੋਲੀਆਂ ਕਹਿੰਦੇ ਚਲਾਉਣੀਆਂ ਪਈਆਂ। ਪਰ ਜਿਸ ਤਰੀਕੇ ਦੇ ਨਾਲ ਬਚਾਅ ਪੱਖ ਨੇ ਕਹਿ ਲਓ ਜਾਂ ਪੀੜਿਤ ਪੱਖ ਨੇ ਕਹਿ ਲਓ, ਪੀੜਿਤ ਪੱਖ ਨੇ ਆਪਣੇ ਹੱਕ ਦੇ ਵਿੱਚ ਐਵੀਡੈਂਸ ਦਿੱਤੇ ਆ, ਸਬੂਤ ਦਿੱਤੇ ਆ ਕਿ ਭਾਈ ਉੱਥੇ ਏਦਾਂ ਦੀ ਕੋਈ ਘਟਨਾ ਨਹੀਂ ਸੀ ਘਟੀ, ਉਹਦੇ ਤੋਂ ਬਾਅਦ ਆ ਸਾਰਾ ਕੁਝ ਦੇਖੋ ਫਲਾਣੇ ਬੰਦੇ ਨੇ ਜਿਹੜਾ ਉਹ ਨੇਪਰੇ ਚਾੜਿਆ। ਸੋ ਵੇਖਦੇ ਹਾਂ ਕਿ 31 ਅਗਸਤ ਤੱਕ ਪੰਜਾਬ ਦੀ ਪੁਲਿਸ ਆਪਣੇ ਪੱਖ ਦੇ ਵਿੱਚ ਰਿਪੋਰਟ ਕਿਹੜੀ ਪੇਸ਼ ਕਰਦੀ ਹੈ, ਕਿਹੜੀ ਤਿਆਰ ਕਰਦੀ ਹੈ, ਤੇ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਜੱਜ ਸਾਹਿਬ ਜਿਹੜੇ ਨੇ ਚੇਤਨ ਸ਼ਰਮਾ ਉਹਨਾਂ ਦਾ ਫੈਸਲਾ ਇਸ ਸਾਰੇ ਮੁੱਦੇ ਦੇ ਉੱਤੇ ਆਉਂਦਾ ਕੀ ਹੈ ਜੀ। ਵਟਸਐਪ ਨਾਲ ਵਾਲੀ ਖਬਰ ਤੇ ਵੀ ਆਪਾਂ ਮਾਰ ਗਏ ਜੀ ਧਿਆਨ ਕਿ ਕੈਪਟਨ ਨੇ ਜੋਧਪੁਰ ਦੀਆਂ ਜੇਲ੍ਹਾਂ 'ਚ ਜਿਹੜੇ ਨਜ਼ਰਬੰਦ ਲੋਕ ਸੀਗੇ ਆਪਣੇ ਉਹਨਾਂ ਨੂੰ ਰਾਸ਼ੀ ਵੰਡਤੀ ਹੈ ਜੀ, ਅੱਧੀ ਤੱਕ ਦਾ ਚੱਕੋ ਹੁਣੇ। ਸੁਖਨੈਬ ਜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਰੇਡੀਓ ਚੈਨਲ ਪ੍ਰਦੇਸੀ ਦੇ ਸਰੋਤਿਆਂ ਦੇ ਨਾਲ ਸਾਂਝ ਪਾਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਰ ਕੁਝ ਕਰਨ ਨਾ ਕਰਨ ਉਹ ਅਕਾਲੀਆਂ ਦੇ ਹੱਥੋਂ ਪੰਥਕ ਮੁੱਦੇ ਹੋਣ ਦੇ ਲਈ ਬਹੁਤੇ ਹੀ ਕਾਲੇ ਨੇ ਕਿ ਭਾਈ ਇਹਨਾਂ ਦੇ ਕੋਲ ਇੱਕ ਮੁੱਦਾ ਨਹੀਂ ਛੱਡਣਾ, ਮੁੱਦਾ ਹੀਣ ਕਰ ਦੇਣੀ ਪਾਰਟੀ। ਲੰਗਰ ਦੀ ਰਸਤੇ GST ਦਾ ਮੁੱਦਾ ਸੀ, ਕਪਤਾਨ ਸਾਹਿਬ ਨੇ ਸੰਗਤ ਦੀ ਵਾਹਵਾ ਖੱਟੀ ਕਿ ਭਾਈ ਆਹ ਤਾਂ ਗੱਲ ਹੋਈ ਨਾ। ਉਹਦੇ ਤੋਂ ਬਾਅਦ ਜਿਹੜੀ ਬਹਿਬਲ ਕਲਾਂ ਗੋਲੀ ਚੱਲੀ ਹੈ, ਉਸ ਬਹਿਬਲ ਕਲਾਂ ਦੀ ਗੋਲੀ ਤੋਂ ਬਾਅਦ ਬਹੁਤ ਕੁਝ ਘਟਿਆ ਵਾਪਰਿਆ, ਪਿਛਲੀ ਸਰਕਾਰ ਦਾ ਵੇਲਾ ਸੀ। ਹੁਣ ਉਹਨਾਂ ਸਾਰੀਆਂ ਘਟਨਾਵਾਂ ਨੇ ਕੁਝ ਇੱਕ ਹੋਰ ਗੱਲਾਂ ਚੇਤੇ ਕਰਾਤੀਆਂ ਸੀ ਤੇ ਜੋਧਪੁਰ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਰਹਿ ਚੁੱਕੇ ਜਿਹੜੇ ਸੈਂਕੜੇ ਸਿੱਖ ਸੀ ਉਹਨਾਂ ਦਾ ਮਸਲਾ ਫਿਰ ਚਰਚਾ ਦਾ ਕੇਂਦਰ ਬਣਿਆ। ਕਿਉਂ ਬਣਿਆ? ਬੰਦੇ ਤਾਂ ਉੱਥੇ ਬਹੁਤ ਸੀ ਅੰਦਰ, 350 ਤੋਂ ਵੀ ਜ਼ਿਆਦਾ, ਪਰ ਉਹਨਾਂ ਦੇ ਵਿੱਚੋਂ 40 ਲੋਕਾਂ ਨੇ ਕਾਨੂੰਨੀ ਤੌਰ ਤੇ ਬਹੁਤ ਲੰਬੀ ਲੜਾਈ ਲੜੀ ਕਿ ਸਾਨੂੰ ਐਵੇਂ ਹੀ ਬਿਨਾਂ ਕਿਸੇ ਦੋਸ਼ ਦੇ ਜੇਲ੍ਹ ਦੇ ਵਿੱਚ ਰੱਖਿਆ ਗਿਆ, ਸਾਡੀਆਂ ਜਵਾਨੀਆਂ ਜਿਹੜੀਆਂ ਸੱਜੇ ਖੱਬੇ ਚਲੇ ਗਈਆਂ, ਬਹੁਤ ਕੀਮਤੀ ਜਿਹੜੇ ਸਾਲ ਸੀ ਉਹ ਖਰਾਬ ਹੋ ਗਿਆ, ਤੁਸੀਂ ਸਾਨੂੰ ਮੁਆਵਜ਼ਾ ਦਿਓ। 4-4 ਲੱਖ ਰੁਪਇਆ 6% ਵਿਆਜ ਦੇ ਨਾਲ ਪੈਸੇ ਦੇਣੇ ਸੀ, 4.5 ਕਰੋੜ ਬਣਨਾ ਸੀ, 2.25 ਕਰੋੜ ਕੇਂਦਰ ਨੇ ਦੇਣਾ ਸੀ, 2.25 ਕਰੋੜ ਪੰਜਾਬ ਨੇ। ਕੇਂਦਰ ਨੇ ਪੈਸੇ ਕੀ ਦੇਣੇ ਸੀ, ਅਪੀਲ ਕਰਤੀ ਕਿ ਭਾਈਏ ਤੁਸੀਂ ਕਿੱਦਾਂ ਦਾ ਫੈਸਲਾ ਕੀਤਾ। ਪਰ ਦੂਸਰੇ ਪਾਸੇ ਇਹ ਆਪਣੇ ਆਪ ਦੇ ਵਿੱਚ ਸਪਸ਼ਟ ਸੀ ਕਿ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਕੋਈ ਗੱਲ ਨੀ, ਜੋਧਪੁਰ ਦੀ ਜੇਲ੍ਹ ਦੇ ਵਿੱਚ ਜਿਹੜੇ ਸਿੱਖ ਨਜ਼ਰਬੰਦ ਰਹੇ ਹੈ ਉਹਨਾਂ ਨੂੰ ਅਸੀਂ ਅੱਧੇ ਪੈਸੇ ਦੇ ਦਿਆਂਗੇ, ਤੇ ਜੇ ਕੇਂਦਰ ਦੀ ਸਰਕਾਰ ਨੇ ਆਨਾਕਾਨੀ ਕੀਤੀ ਬਾਕੀ ਅੱਧੇ ਪੈਸੇ ਵੀ ਦੇ ਦਿਆਂਗੇ। ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਵਿੱਚ ਇਹਨਾਂ ਸਿੱਖਾਂ ਨੂੰ ਪੈਸਾ ਧੇਲਾ ਉਹ ਵੰਡਿਆ, ਜਾਣੀ 2.25 ਕਰੋੜ ਰੁਪਇਆ ਅੱਜ ਪੰਜਾਬ ਦੀ ਸਰਕਾਰ ਨੇ ਜੋਧਪੁਰ ਦੇ ਨਜ਼ਰਬੰਦੀਆਂ ਨੂੰ ਦੇ ਦਿੱਤਾ। ਇੱਥੇ ਹੈਰਾਨੀ ਦੀ ਗੱਲ ਹੈ ਕਿ ਇਹ ਵੀ ਕਹਿ ਦਿੱਤਾ ਕਪਤਾਨ ਸਾਹਿਬ ਨੇ ਕਿ ਜੇ ਕੱਲ ਨੂੰ 2.25 ਕਰੋੜ ਰੁਪਇਆ ਜਿਹੜਾ ਦੂਜਿਆਂ ਦਾ ਬਣਦਾ, ਕੇਂਦਰ ਸਰਕਾਰ ਦਾ ਬਣਦਾ, ਜੇ ਦੇ ਦਿੱਤਾ ਠੀਕ ਹੈ, ਨਹੀਂ ਤਾਂ ਅਸੀਂ ਆਪਣੇ ਕੋਲੋਂ ਦੇ ਦਿਆਂਗੇ।
ਇੱਥੇ ਸੰਬੋਧਨ ਕੀਤਾ ਜਸਵੀਰ ਸਿੰਘ ਘੁੰਮਣ ਨੇ। ਜਸਵੀਰ ਸਿੰਘ ਘੁੰਮਣ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਬੰਦ ਰਿਹਾ ਸੀ ਉਹਨਾਂ ਸਮਿਆਂ ਚ। ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਸਾਡੀ ਅੱਜ ਤੱਕ ਬਾਂਹ ਕਿਸੇ ਨੇ ਨੀ ਫੜੀ। ਦੋ ਵਾਰੀ ਅਕਾਲੀਆਂ ਦੀ ਸਰਕਾਰ ਆ ਗਈ ਉਹਨਾਂ ਨੇ ਵੀ ਨੀ ਫੜੀ, ਕਿਸੇ ਕੇਂਦਰ ਦੀ ਸਰਕਾਰ ਨੇ ਵੀ ਬਾਂਹ ਨੀ ਫੜੀ, ਪਰ ਜੇ ਹੁਣ ਕਹਿੰਦੇ ਇਧਰਲੇ ਪਾਸੇ ਮਾੜਾ ਜਿਹਾ ਕੋਈ ਸਾਹ ਸੌਖਾ ਹੋਇਆ ਤਾਂ ਉਮੀਦ ਕਰਨੀ ਚਾਹੀਦੀ ਹੈ ਕਿ ਜਿਹੜੇ ਬਾਕੀ ਜੇਲ੍ਹ ਦੇ ਵਿੱਚ ਬੰਦ ਸਿੱਖ ਸੀ ਜਿਨ੍ਹਾਂ ਨੇ ਹੁਣ ਕਾਨੂੰਨੀ ਤੌਰ ਤੇ ਚਾਰਾਜੋਈ ਛੱਡ ਦਿੱਤੀ ਸੀ, ਉਹਨਾਂ ਨੂੰ ਵੀ ਜੇ ਸਿੱਧੇ ਤੌਰ ਦੇ ਉੱਤੇ ਕੋਈ ਨਾ ਕੋਈ ਰਾਹਤ ਮਿਲ ਜਾਏ ਤਾਂ ਚੰਗਾ। ਇੱਥੇ ਪੱਟੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕਾਂਗਰਸ ਦੇ ਹਰਮਿੰਦਰ ਗਿੱਲ, ਉਹ ਕਹਿੰਦੇ ਮੈਂ ਖੁਦ 5 ਸਾਲ ਜੋਧਪੁਰ ਦੀ ਜੇਲ੍ਹ ਚ ਰਿਹਾ, ਦੋ ਵਾਰੀ ਕਹਿੰਦੇ ਬਾਦਲ ਸਾਹਿਬ ਦੀ ਸਰਕਾਰ ਆ ਗਈ ਸਾਨੂੰ ਨੀ ਰੁਪਈਆ ਦਿੱਤਾ, ਕੇਂਦਰ ਸਰਕਾਰ ਨੇ ਕਹਿੰਦੇ ਸਾਡੇ ਨਾਲ ਧੋਖਾ ਕੀਤਾ, ਇਸ ਕਰਕੇ ਹੁਣ ਉਹ ਕਹਿੰਦੇ ਚੰਗਾ ਸਮਾਂ ਕਿ ਪੰਜਾਬ ਦੀ ਸਰਕਾਰ ਨੇ ਇਹ ਉਦਮ ਚੁੱਕਿਆ ਤੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਕੀ ਬਚਦੇ ਜਿਹੜੇ 365 ਬੰਦੀ ਸੀ ਜਿਨ੍ਹਾਂ ਨੇ ਕਾਨੂੰਨੀ ਤੌਰ ਤੇ ਲੜਾਈ ਲੜਨ ਤੋਂ ਪੈਰ ਪਿਛਾਂ ਖਿੱਚ ਲਿਆ ਸੀ ਉਹਨਾਂ ਨੂੰ ਵੀ 4 ਪੈਸੇ ਜਿਹੜੇ ਮੁਆਵਜ਼ੇ ਦੇ ਦਵਾਏ ਜਾਣ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੰਬੋਧਨ ਕਰਦੇ ਕਹਿ ਦਿੱਤਾ ਸੀ ਕਿ ਤੁਸੀਂ ਬਾਕੀ ਬੰਦਿਆਂ ਦੇ ਨਾਮ ਲਿਆਓ, ਲਿਸਟਾਂ ਲਿਆਓ, ਇੱਕ ਥੋੜਾ ਜਿਹਾ ਸਬੂਤ ਲੈ ਕੇ ਉੱਥੇ ਜੇਲ੍ਹ ਦੇ ਵਿੱਚ ਰਹੇ ਨੇ, ਆਪਾਂ ਕਹਿੰਦੇ ਤੁਰੰਤ ਉਹਨਾਂ ਨੂੰ ਵੀ ਜਿਹੜਾ ਉਹ ਚੰਗੇ ਤਰੀਕੇ ਦੇ ਨਾਲ ਟ੍ਰੀਟ ਕਰਨ ਦਾ ਯਤਨ ਕਰਾਂਗੇ, ਜਿੰਨੇ ਕੁ ਪੈਸੇ ਧੇਲੇ ਉਹਦੇ ਬਣਦੇ ਹੋਏ ਦੇ ਦਿਆਂਗੇ। ਸੋ ਕੁੱਲ ਮਿਲਾ ਕੇ ਅੱਜ ਰਾਸ਼ਟਰੀ ਸਿੱਖ ਸੰਗਤ ਵਾਲਿਆਂ ਨੇ ਤਾਂ ਆਪਣੇ ਸਿਰ ਸਿਰਾ ਬੰਨਣਾ ਹੀ ਸੀ, ਅਕਾਲੀ ਭਾਜਪਾ ਵਾਲੇ ਉਡੀਕ ਰਿਹਾ ਸੀ ਕਿ ਕੇਂਦਰ ਦੀ ਸਰਕਾਰ ਕੋਈ ਚਿੱਠੀ ਕੋਈ ਲੈਟਰ ਸਾਨੂੰ ਕਦੋਂ ਦਿੰਦੇ ਆ, ਪਰ ਉਹਦੇ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਚੈੱਕ ਵੰਡ ਕੇ ਮੁਆਵਜ਼ੇ ਦਾ ਜਿਹੜਾ ਅੱਧਾ ਹਿੱਸਾ ਦੇ ਦਿੱਤਾ, ਉਹਦੇ ਕਰਕੇ ਜਿਹੜਾ ਉਹ ਸਾਰਾ ਕੁਝ ਸੱਜੇ ਖੱਬੇ ਹੋ ਗਿਆ ਤੇ ਹੁਣ ਵੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਤੋਂ ਬਾਅਦ ਇੱਕ ਪੰਥਕ ਮੁੱਦਿਆਂ ਦੇ ਉੱਤੇ ਜਿਹੜੀ ਸਰਗਰਮੀ ਕਰਦੇ ਜਾ ਰਹੇ ਨੇ, ਉਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਚ ਆਪਣਾ ਪੈਰ ਧਰਵਾਦ ਦਰਾਵਾ ਦੁਬਾਰਾ ਕਰਨਾ ਜਿਹੜਾ ਉਹ ਕਿੰਨਾ ਕੁ ਮੁਸ਼ਕਲ ਹੁੰਦਾ ਜੀ। ਬਾਰ ਸਾਹਿਬ ਇੱਕ ਬ੍ਰੇਕ ਲੈ ਗਏ ਜੀ ਆਪਾਂ ਛੋਟੀ ਜੀ, ਫੇਰ ਅਗਲੀ ਗੱਲ ਲਓ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਸੱਜਣਾਂ ਦਾ ਸਵਾਗਤ ਕਰਦੇ ਹਾਂ ਤੇ ਗੱਲ ਅੱਗੇ ਲੈ ਕੇ ਜਾਂਦੇ ਹਾਂ। ਬਾਰ ਸਾਹਿਬ ਮੀਂਹ ਨੇ ਵਧੀਆ ਰੌਣਕ ਲਾ ਦਈ ਜੀ ਹਰ ਪਾਸੇ, ਤਾਂ ਰੇਹੜੀਆਂ ਤੇ ਵੀ ਪਕੌੜਿਆਂ ਵਾਲਿਆਂ ਦੀਆਂ ਭੀੜਾਂ ਲੱਗੀ ਜਾਂਦੀਆਂ ਜੀ, ਉਧਰੋਂ ਹੱਥ ਨੇ ਜੇ ਹੋਰ ਬ੍ਰੇਕਾਂ ਵੱਜੀ ਜਾਂਦੀਆਂ। ਉਡੀਕ ਸਮੇਂ ਸਿਰ ਪੂਰੀ ਹੋ ਜਾਏ ਤਾਂ ਉਹਦੇ ਨਾਲ ਦੀ ਖੁਸ਼ੀ ਕੋਈ ਨੀ ਹੁੰਦੀ ਜੀ। 3 ਵੱਡੀਆਂ ਮੁਸੀਬਤਾਂ ਗਰਮੀ ਦੇ ਕਰਕੇ, ਮੀਂਹ ਦੀ ਘਾਟ ਦੇ ਕਰਕੇ ਜਿਹੜੀਆਂ ਸਾਨੂੰ ਰੜਕ ਰਹੀਆਂ ਸੀ। ਇੱਕ, ਜਿੰਨਾ ਮੀਂਹ ਲੇਟ ਹੋ ਰਿਹਾ ਸੀ ਜਾਂ ਜਿੰਨਾ ਛੇਤੀ ਨਹੀਂ ਸੀ ਆ ਰਿਹਾ, ਉਨਾ ਹੀ ਸਾਨੂੰ ਝੋਨਾ ਪਾਲਣ ਦੇ ਲਈ ਧਰਤੀ ਦੇ ਹੇਠੋਂ ਪਾਣੀ ਵੱਧ ਕੱਢਣਾ ਪੈ ਰਿਹਾ ਸੀ, ਜਿਹੜੀ ਕਿ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਹੁਣ ਤਾਂ ਸਾਡੀ ਸੂਬੇ ਦੀ ਸਰਕਾਰ ਵੀ ਮੰਨਣ ਲੱਗ ਪਈ ਹੈ ਕਿ ਸਮੱਸਿਆ ਗੰਭੀਰ ਹੈ। ਦੂਸਰੀ ਗੱਲ, ਪੰਜਾਬ ਦੀ ਸਰਕਾਰ ਕਸੂਤੀ ਫਸੀ ਹੋਈ ਸੀ, ਬਿਜਲੀ ਦੀ ਪ੍ਰੋਡਕਸ਼ਨ ਥੋੜੀ ਸੀ, ਬਿਜਲੀ ਦੀ ਸਪਲਾਈ ਘੱਟ ਸੀ, ਡਿਮਾਂਡ ਵੱਧ ਸੀ। ਇੰਡਸਟਰੀ ਵਾਲੇ ਆਪ ਕਹੀ ਜਾਂਦੇ ਆ ਕਿ ਸਾਨੂੰ 5 ਰੁਪਈਏ ਯੂਨਿਟ ਤੁਸੀਂ ਬਿਜਲੀ ਦੀ ਕੀਮਤ ਨਿਰਧਾਰਿਤ ਕਰਤੀ, ਬਿਜਲੀ ਦੇ ਵੀ ਦਿਓ, 5 ਰੁਪਈਏ ਯੂਨਿਟ ਤਾਂ ਫਿਰ ਦੇਵਾਂਗੇ। ਪਰ ਘਰੇਲੂ ਵਰਤੋਂ ਵਾਲੇ ਕਹਿੰਦੇ ਸੀ ਕਿ ਭਾਈ ਤੁਸੀਂ ਜੇ ਘਰਾਂ ਨੂੰ ਬਿਜਲੀ ਨਹੀਂ ਦੇ ਸਕਦੇ ਤੁਸੀਂ ਦੇਣੀ ਕਿਹਨੂੰ ਆ, ਸਾਨੂੰ ਦਿਓ। ਖੇਤੀਬਾੜੀ ਵਾਲੇ ਕਹਿੰਦੇ ਸੀ ਕਿ ਝੋਨੇ ਦੀ ਫਸਲ ਦਾ ਤੁਹਾਨੂੰ ਨੀ ਪਤਾ ਕਿ ਪਾਣੀ ਉੱਥੇ ਖੜਾ ਰੱਖਣਾ ਪੈਂਦਾ, ਫਿਰ ਕਿਤੇ ਜਾ ਕੇ ਝੋਨਾ ਲੱਗਦਾ ਤੇ ਜਦੋਂ ਝੋਨਾ ਲੱਗ ਵੀ ਜਾਂਦਾ ਬਾਅਦ ਵਿੱਚ ਵੀ ਪਾਣੀ ਖੇਤਾਂ 'ਚ ਖੜੇ ਰੱਖਣਾ ਪੈਂਦਾ, ਤੁਸੀਂ ਆਟੋਮੈਟਿਕ ਲਾਏ ਹੋਏ ਆ ਤੇ ਚੱਲ ਜਿੱਧਰਲੇ ਪਾਸੇ ਨੂੰ ਮੰਡੀਆਂ ਚੱਲਦੀਆਂ ਚੱਲੀ ਜਾਣ ਦਿਓ ਤੇ ਬਿਜਲੀ ਸਾਡੇ ਕੋਲ ਘੱਟ ਹੈ। ਸੋ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਰਾ ਤਾਣਾ ਬਾਣਾ ਜਿਹਾ ਰਚਿਆ ਸੀ ਕਿ ਭਾਈ ਥਰਮਲ ਬੰਦ ਹੁੰਦੇ ਬੰਦ ਹੋ ਲੈਣ ਦਿਓ, ਉਹਨਾਂ ਨੂੰ ਇਸ ਮੀਂਹ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ। ਜਿਹੜੀ ਹਾਹਾਕਾਰ ਜੀ ਮਚਣੀ ਸੀ ਕਿ ਭਾਈ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਦੇ ਆ, ਕੱਲ ਅੱਧੀ ਕੁ ਰਾਤ ਤੋਂ ਪੈ ਰਹੇ ਮੀਂਹ ਨੇ ਉਹਨਾਂ ਸਾਰੀਆਂ ਮੁਸੀਬਤਾਂ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਬਚਾ ਲਿਆ। ਜਿਹੜੇ ਕਿਸਾਨ ਕੱਦੂ ਕਰਨ ਦੇ ਲਈ ਪਾਣੀ ਦਾ ਪ੍ਰਬੰਧ ਕਰਨ ਨੂੰ ਤਰਸਦੇ ਸੀ, ਉਹਨਾਂ ਨੇ ਇੱਕਦਮ ਟਰੈਕਟਰ ਜਿਹੜੇ ਨੇ ਘਰੋਂ ਕੱਢ ਕੇ ਖੇਤਾਂ ਦੇ ਵਿੱਚ ਕੱਦੂ ਕਰਨੇ ਸ਼ੁਰੂ ਕਰ ਦਿੱਤੇ ਆ। ਭਲਕ ਨੂੰ ਮਜ਼ਦੂਰ ਮਿਲਣ ਨਾ ਮਿਲਣੋਂ ਵੱਖਰੀ ਗੱਲ ਹੈ, ਪਰ ਕਿਸਾਨਾਂ ਦੇ ਵਿੱਚ ਇਸ ਵੇਲੇ ਦੌੜ ਲੱਗੀ ਆ ਕਿ ਭਾਈ ਚੰਗਾ ਮੀਂਹ ਪੈ ਗਿਆ ਤੇ ਹੁਣ ਜੇ ਆਪਾਂ ਝੋਨਾ ਬੀਜ ਦਿਆਂਗੇ ਤਾਂ ਚੰਗੇ ਰਹਾਂਗੇ। ਹੁਣ ਪੰਜਾਬ ਦੇ ਵਿੱਚ ਦੇਖੋ 10 ਦਿਨ ਪਹਿਲਾਂ ਤੱਕ ਜਿਹੜਾ ਟੈਂਪਰੇਚਰ 45 ਟੱਪ ਗਿਆ ਸੀ, 2 ਦਿਨ ਪਹਿਲਾਂ ਤੱਕ ਉਹ ਟੈਂਪਰੇਚਰ 41-42 ਦੇ ਨੇੜੇ ਸੀ, ਇੱਥੋਂ ਤੱਕ ਕਿ ਅੱਜ ਉਹ ਟੈਂਪਰੇਚਰ 25-26-27 ਦੇ ਨੇੜੇ ਆ ਕੇ ਟਿਕ ਗਿਆ। ਤੇ ਜਦੋਂ ਕਿਸੇ ਸੂਬੇ ਦੇ ਵਿੱਚ ਇੱਕੋ ਦਮ 10-12 ਡਿਗਰੀ ਟੈਂਪਰੇਚਰ ਥੱਲੇ ਨੂੰ ਡਿੱਗ ਪਏ, ਘੱਟ ਹੋ ਜਾਏ, ਤੇ ਇਹਦਾ ਮਤਲਬ ਹੈ ਕਿ ਉੱਥੋਂ ਦੇ ਲੋਕ ਬਹੁਤ ਵੱਡੀ ਰਾਹਤ ਜਿਹੜੀ ਹੈ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਮਹਿਸੂਸ ਕਰਨਗੇ। ਹੁਣ ਅੱਜ ਸਾਰਾ ਦਿਨ, ਕੱਲ੍ਹ ਦਾ ਦਿਨ ਵੀ ਮੀਂਹ ਦੱਸਿਆ ਹੋਇਆ ਕਿ ਜ਼ੋਰਦਾਰ ਮੀਂਹ ਪਏਗਾ, ਇਕੱਲੇ ਪੰਜਾਬ ਚ ਨਹੀਂ, ਹਰਿਆਣਾ, ਚੰਡੀਗੜ੍ਹ, ਦਿੱਲੀ ਸਾਰੇ ਥਾਂ ਦੇ ਉੱਤੇ ਮੀਂਹ ਪੈਣਾ। ਤੇ ਜਦੋਂ ਸਾਰੇ ਥਾਂ ਦੇ ਉੱਤੇ ਮੀਂਹ ਪਵੇ ਤਾਂ ਉਹਦਾ ਇੱਕ ਬਹੁਤ ਵੱਡਾ ਲਾਭ ਇਹ ਹੁੰਦਾ ਹੈ ਕਿ ਬਹੁਤ ਛੇਤੀ ਕੀਤੇ ਗਰਮ ਹਵਾਵਾਂ ਤੁਹਾਨੂੰ ਜਿਹੜੀਆਂ ਆਣ ਕੇ ਟੱਕਰਾਂ ਨਹੀਂ ਮਾਰਦੀਆਂ। ਤੇ ਹੁਣ ਇਹ ਵੀ ਗੱਲ ਮਹੱਤਵਪੂਰਨ ਹੈ ਕਿ ਮੌਨਸੂਨ ਦੀ ਇਸ ਪ੍ਰੀ ਬਰਸਾਤ ਦੇ ਕਰਕੇ ਸਾਡੀ ਆਬੋ ਹਵਾ ਵੀ ਸ਼ੁੱਧ ਹੋਈ ਹੈ, ਇੱਥੋਂ ਤੱਕ
ਕਿ ਆਬੋ ਹਵਾ ਸ਼ੁੱਧ ਹੋਣ ਦੇ ਨਾਲ ਨਾਲ ਸਾਨੂੰ ਕੁਦਰਤੀ ਵਾਤਾਵਰਨ ਦੇ ਵਿੱਚ ਥੋੜਾ ਜਿਹਾ ਤੁਰਨ ਫਿਰਨ ਦਾ, ਘੁੰਮਣ ਦਾ, ਸੈਰ ਕਰਨ ਦਾ ਵੀ ਮੌਕਾ ਮਿਲਿਆ ਕਿ ਭਾਈ ਹੁਣ ਤਾਂ ਆਬੋ ਹਵਾ ਸਾਰਾ ਕੁਝ ਸਾਫ਼ ਹੈ। ਇਹਦੇ ਨਾਲ ਨਾਲ ਹੁਣ ਇਹਦੀ ਗੱਲ ਹੈ ਕਿ ਬੀਤੀ ਰਾਤ ਤੋਂ ਦੁਆਬੇ ਤੇ ਮਾਝੇ ਦੇ ਬਹੁਤੇ ਇਲਾਕਿਆਂ ਚ, ਮਾਲਵੇ ਦੇ ਕੁਝ ਥੋੜੇ ਖੇਤਰਾਂ ਚ ਲਗਾਤਾਰ ਮੀਂਹ ਪਿਆ। ਇਥੋਂ ਤੱਕ ਕਿ ਪੰਜਾਬ ਦੇ ਸ਼ਹਿਰਾਂ ਦੇ ਜਿਹੜੇ ਨੀਵੇਂ ਇਲਾਕੇ ਨੇ ਉਥੋਂ ਦੇ ਲੋਕਾਂ ਨੂੰ ਅਸਮਾਨ ਦੇ ਵੱਲ ਵੇਖ ਕੇ ਬੇਨਤੀਆਂ ਵੀ ਕਰਨੀਆਂ ਪਈਆਂ ਕਿ ਰੱਬਾ ਹੁਣ ਤਾਂ 2 ਕੁ ਘੰਟੇ ਹਟਾ ਲਾ, ਕਿਉਂਕਿ ਸੀਵਰੇਜ ਸਿਸਟਮ ਆਪਣੇ ਠੀਕ ਨਹੀਂ ਹੈਗੇ, ਉਹ ਜੰਮ ਪਏ ਆ। ਤੇ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਠੋਕ ਵਜਾ ਕੇ ਨਹੀਂ ਪੈਂਦਾ ਤਾਂ ਸਭ ਤੋਂ ਪਹਿਲੀ ਸਮੱਸਿਆ ਜਿਹੜੀ ਹੈ ਨੀਵੇਂ ਇਲਾਕਿਆਂ ਦੇ ਵਿੱਚੋਂ ਉਸ ਪਾਣੀ ਨੂੰ ਬਾਹਰ ਕੱਢਣ ਦੀ ਹੈ। ਅਜੇ ਤੱਕ ਸਾਡੇ ਕੋਲੋਂ ਕੋਈ ਪਰਮਾਨੈਂਟ ਹੱਲ ਜਿਹੜਾ ਉਸ ਸਾਰੀ ਪ੍ਰਕਿਰਿਆ ਦਾ ਲੱਭਾ ਨਹੀਂ। ਤੇ ਹੁਣ ਵੇਖਦੇ ਹਾਂ ਕਿ ਹਿਮਾਚਲ, ਜੰਮੂ ਕਸ਼ਮੀਰ, ਹਰਿਆਣਾ, ਚੰਡੀਗੜ੍ਹ, ਦਿੱਲੀ, ਯੂਪੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਇਹਨਾਂ ਸਾਰੇ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ। ਤੇ ਭਲਕੇ ਸ਼ਾਮ ਨੂੰ ਜਦੋਂ ਮੌਸਮ ਵਿਭਾਗ ਦੇ ਵਿਗਿਆਨੀਆਂ ਦੇ ਦੱਸਣ ਦੇ ਮੁਤਾਬਕ ਕਿ ਮੌਨਸੂਨ ਜਿਹੜੀ ਹੈ ਉਹ ਸੱਚੀ ਮੁੱਚੀ ਆਗ ਖੜਕਣੀ ਹੈ, ਤਾਂ ਫਿਰ ਉਦੋਂ ਵੇਖਦੇ ਹਾਂ ਕਿ ਮੀਂਹ ਦੇ ਵਿੱਚ ਕਿੰਨਾ ਕੁ ਵਾਧਾ ਜਾਂ ਕਿੰਨਾ ਕੁ ਘਾਟਾ ਹੁੰਦਾ। ਪਰ ਹਾਲ ਦੀ ਘੜੀ ਪੰਜਾਬ ਦੇ ਲੋਕ ਖੁਸ਼ ਨੇ ਕਿ ਗਰਮੀ ਤੋਂ ਰਾਹਤ ਮਿਲੀ ਹੈ, ਕਿਸਾਨ ਖੁਸ਼ ਨੇ ਕਿ ਉਹਨਾਂ ਨੂੰ ਝੋਨਾ ਲਾਉਣ ਦੇ ਲਈ ਠੀਕ ਵਾਤਾਵਰਣ ਮਿਲ ਗਿਆ। ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਬਾਕੀ ਜਿਹੜੇ ਹਾਲ ਚਾਲ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਰੁਸਤ ਹੋਣਗੇ। ਸਬਜ਼ੀ ਭਾਜੀ ਲਾਉਣ ਵਾਲੇ ਵੀ ਖੁਸ਼ ਨੇ, ਕਿਉਂਕਿ ਜਿਹੜੀ ਸਬਜ਼ੀ ਭਾਜੀ ਬਦਲੋ ਬੁੱਲੋ ਹਟ ਗਈ ਸੀ ਉਹ ਵੀ ਇਸ ਮੀਂਹ ਦੇ ਕਰਕੇ ਬਿਲਕੁਲ ਤਰੋ ਤਾਜ਼ਾ ਰੂਪ ਦੇ ਵਿੱਚ ਖੇਤਾਂ ਚ ਆਪਾਂ ਨੂੰ ਵਿਖਾਈ ਦੇਣ ਲੱਗ ਪਈ ਹੈ। ਜੀ, ਤੋਰੀਆਂ ਵੀ ਆਵਾਜ਼ਾਂ ਮਾਰਨ ਲੱਗ ਗਿਆ ਜੀ ਹੁਣ ਪੀਲੇ ਜਾਂ ਫੁੱਲਾਂ ਨੂੰ। ਤੇ ਵਸੁੰਧਰਾ ਰਾਜੇ ਸਿੰਧੀਆ ਭਾਜਪਾ ਦੇ ਵਾਸਤੇ ਮੁਸੀਬਤ ਬਣ ਗਈ ਜੀ? ਸੁਖਨੈਬ ਜੀ, ਦੇਖੋ ਵਸੁੰਧਰਾ ਰਾਜੇ ਸਿੰਧੀਆ ਭਾਰਤੀ ਜਨਤਾ ਪਾਰਟੀ ਦੀ ਬੜੀ ਵੱਡੀ ਲੀਡਰ ਹੈ ਤੇ ਬੜੀ ਪੁਰਾਣੀ ਲੀਡਰ ਹੈ ਬੀਬੀ। ਹੁਣ ਵਸੁੰਧਰਾ ਰਾਜੇ ਸਿੰਧੀਆ ਰਾਜਸਥਾਨ ਦੀ ਮੁੱਖ ਮੰਤਰੀ ਵੀ ਹੈ ਤੇ ਰਾਜਸਥਾਨ ਦੀ ਮੁੱਖ ਮੰਤਰੀ ਦੇ ਰੂਪ ਚ ਉਸ ਬੀਬੀ ਦੀ ਜਿੰਨੀ ਚੜ੍ਹਾਈ ਹੈ ਇਸ ਚੜ੍ਹਾਈ ਦੇ ਨਾਲ ਨਾਲ ਉਹ ਕਿਤੇ ਨਾ ਕਿਤੇ ਹੁਣ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਵੱਖਰੇ ਤਰ੍ਹਾਂ ਦਾ ਮਾਹੌਲ ਸਿਰਜ ਰਹੀ ਹੈ। ਉਹ ਦੱਸ ਰਹੀ ਹੈ ਬਹੁਤ ਸਾਰੇ ਲੀਡਰਾਂ ਨੂੰ ਕਿ ਭਾਈ ਹਾਈਕਮਾਂਡ ਦੇ ਮੂਹਰੇ ਅੜਦੀ ਜਾਈਦਾ ਇਦਾਂ ਵੀ ਗੋਡੇ ਨਹੀਂ ਟੇਕ ਦੇਈਦੇ। ਇਹ ਵਸੁੰਧਰਾ ਰਾਜੇ ਸਿੰਧੀਆ ਬੀਬੀ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਦੀਆਂ ਅੱਖਾਂ ਚ ਰੜਕਣ ਲੱਗ ਪਈ ਹੈ। ਹੁਣ ਉਸ ਬੀਬੀ ਨੂੰ ਲਾ ਕੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਸੀ ਕਿ ਅਸੀਂ ਆਖਰੀ ਸਾਲ ਚੋਣਾਂ ਤੋਂ ਪਹਿਲਾਂ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਦਈਏ। ਬੀਬੀ ਸਿੰਧੀਆ ਨੇ ਆਖਿਆ ਕਿ ਮੈਨੂੰ ਕਿਤੇ ਤੁਸੀਂ ਬੀਬੀ ਆਨੰਦੀਬੇਨ ਪਟੇਲ ਨਾ ਮੰਨਿਓ ਕਿ ਮੈਂ ਗੁਜਰਾਤ ਦੇ ਮੁੱਖ ਮੰਤਰੀ ਦੀ ਕੁਰਸੀ ਛੱਡ ਦੂੰ ਤਾਂ ਮੁੜ ਕੇ ਸੀ ਵੀ ਨਾ ਕਰੂੰ। ਉਹ ਕਹਿੰਦੇ ਮੇਰੇ ਕੋਲ ਰਾਹ ਬਹੁਤ ਨੇ, ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਤੁਸੀਂ ਮੈਨੂੰ ਕਿਸੇ ਵੱਖਰੇ ਤਰ੍ਹਾਂ ਦਾ ਰਾਹ ਚੁਣਨ ਦੇ ਲਈ ਮਜਬੂਰ ਕਰਨਾ ਜਾਂ ਫਿਰ ਸਾਰਾ ਕੁਝ ਠੀਕ ਤਰੀਕੇ ਦੇ ਨਾਲ ਚਲਾਉਣਾ ਚਾਹੁੰਦੇ ਹੋ। ਦੇਖੋ ਵਸੁੰਧਰਾ ਰਾਜੇ ਸਿੰਧੀਆ ਦੀ ਜਿਹੜੀ ਸਰਕਾਰ ਹੈ ਉਹਦਾ 6 ਮਹੀਨੇ ਦਾ ਕਾਰਜਕਾਲ ਬਾਕੀ ਹੈ। ਇਹਨਾਂ 6 ਮਹੀਨਿਆਂ ਦੇ ਵਿੱਚ ਬੀਬੀ ਵਸੁੰਧਰਾ ਰਾਜੇ ਸਿੰਧੀਆ ਸਰਕਾਰ ਦੀ ਮੁਖੀਆ ਹੋਣ ਦੇ ਨਾਤੇ ਕਿੰਨਾ ਕੁ ਚੰਗਾ ਕੰਮ ਚਲਾਉਂਦੀ ਹੈ, ਕਿਸ ਹਿਸਾਬ ਦੇ ਨਾਲ ਚਲਾਉਂਦੀ ਹੈ, ਇਹਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ। ਹੁਣ ਪਿਛਲੇ ਸਮੇਂ ਚ ਜਦੋਂ 2 ਵਿਧਾਨ ਸਭਾ ਦੀਆਂ ਚੋਣਾਂ, ਕੁਝ ਇੱਕ ਲੋਕ ਸਭਾ ਦੀਆਂ ਚੋਣਾਂ ਜ਼ਿਮਨੀ, ਉਹ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਬੁਰੇ ਤਰੀਕੇ ਹਰੀ। 1.25 ਲੱਖ, 1.5 ਲੱਖ ਵੋਟਾਂ ਦੇ ਫਰਕ ਦੇ ਨਾਲ ਲੋਕ ਸਭਾ ਦੇ ਉਮੀਦਵਾਰ ਜਿਹੜੇ ਨੇ ਉਹ ਹਰੇ ਭਾਰਤੀ ਜਨਤਾ ਪਾਰਟੀ ਦੇ। ਉਹਦੇ ਤੋਂ ਬਾਅਦ ਹਾਈਕਮਾਂਡ ਨੇ ਕਈ ਵਾਰੀ ਏਦਾਂ ਦਾ ਸੁਨੇਹਾ ਭੇਜਿਆ ਸੀ ਕਿ ਬੀਬੀ ਜੀ ਜੇ ਰਾਜਪਾਲ ਬਣਨਾ ਚਾਹੁੰਦੇ ਆ ਤਾਂ ਆ ਜਾਓ, ਬੀਬੀ ਜੀ ਜੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਬਣਨਾ ਚਾਹੁੰਦੇ ਆ ਤਾਂ ਆ ਜਾਓ, ਮੁੱਖ ਮੰਤਰੀ ਦੀ ਕੁਰਸੀ ਖਾਲੀ ਕਰ ਦਿਓ। ਇਹ ਕਹਿੰਦੇ ਸੀ ਨਾ, ਜਿੰਨੀ ਦੇਰ ਸਿਆਸਤ ਕਰਨੀ ਆ ਸੂਬੇ ਚ ਕਰਨੀ ਆ, ਹਾਰਾਂ ਜਿੱਤਾਂ ਤੁਹਾਨੂੰ ਚੰਗਾ ਲੱਗੇ ਨਾ ਲੱਗੇ ਮੈਨੂੰ ਇਸ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਮਤਲਬ ਨਹੀਂ। ਤੇ ਹੁਣ ਬੀਬੀ ਵਸੁੰਧਰਾ ਰਾਜੇ ਸਿੰਧੀਆ ਜਿਹੜੇ ਆ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਦਾ ਸੂਬਾ ਪ੍ਰਧਾਨ ਅਸਤੀਫਾ ਦੇ ਗਿਆ, ਹਾਰ ਤੋਂ ਬਾਅਦ ਨਵਾਂ ਬੰਦਾ ਲਾਇਆ ਜਾਵੇ ਤਾਂ ਬੰਦਾ ਉਹ ਲਾਇਆ ਜਾਵੇ ਜਿਹੜਾ ਮੈਨੂੰ ਚੰਗਾ ਲੱਗਦਾ ਹੋਵੇ, ਕਿਉਂਕਿ ਲੰਬਾ ਸਮਾਂ ਹੋ ਗਿਆ ਰਾਜਸਥਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਦੀ ਕੁਰਸੀ ਖਾਲੀ ਪਈ ਹੈ। ਤੇ ਜਦੋਂ ਕੁਰਸੀ ਖਾਲੀ ਪਈ ਹੈ ਉੱਥੇ ਨਵਾਂ ਬੰਦਾ ਲਾਉਣਾ, ਤੇ ਜਦੋਂ ਨਵਾਂ ਬੰਦਾ ਲਾਉਣਾ ਤੇ ਉਹਦੇ ਨਾਲ ਸਲਾਹ ਮਸ਼ਵਰਾ ਜਦੋਂ ਪਹਿਲੇ ਨਾਲ ਕੀਤੀ ਤਾਂ ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਹੈ, ਜੇ ਤਾਂ ਚੋਣਾਂ ਹੈਗੀਆਂ ਜਿੱਤਣੀਆਂ ਤੁਹਾਨੂੰ ਨਵੇਂ ਬੰਦੇ ਸਾਹਮਣੇ ਲਿਆਉਣੇ ਪੈਣਗੇ। ਪਰ ਬੀਬੀ ਵਸੁੰਧਰਾ ਰਾਜੇ ਸਿੰਧੀਆ ਕਹਿੰਦੀ ਹੈ ਕਿ ਮੈਂ ਮੁੱਖ ਮੰਤਰੀ ਦੀ ਕੁਰਸੀ ਤੋਂ ਨਹੀਂ ਉੱਠਣਾ, ਜਿਹੜੇ ਮੇਰੇ ਸਾਬਕਾ ਸੂਬਾ ਪ੍ਰਧਾਨ ਨੂੰ ਇਸ ਅਹੁਦੇ ਤੋਂ ਛੁੱਟੀ ਕਰਨ ਲਈ ਮਜਬੂਰ ਕੀਤਾ ਗਿਆ, ਕਹਿੰਦੇ ਬੰਦੇ ਉਹ ਵੀ ਨਹੀਂ ਬਖਸ਼ਣੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਜਿੱਥੇ ਅਮਿਤ ਸ਼ਾਹ ਬਾਰ ਬਾਰ ਯਤਨ ਕਰ ਰਹੇ ਸੀ ਕਿ ਨਵਾਂ ਸੂਬਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਲੱਗ ਜਾਏ ਜਿੰਨੀ ਛੇਤੀ ਹੋ ਸਕਦਾ, ਉਧਰਲੇ ਪਾਸੇ ਕੋਈ ਸਫਲਤਾ ਉਹਨਾਂ ਨੂੰ ਖਾਸ ਨਹੀਂ ਮਿਲੀ। ਤੀਸਰੇ ਪਾਸੇ ਜਿਹੜੇ 2-3 ਪ੍ਰਧਾਨਾਂ ਦੇ ਨਾਮ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੇ ਬੀਬੀ ਵਸੁੰਧਰਾ ਰਾਜੇ ਸਿੰਧੀਆ ਨੂੰ ਸਹਿਮਤੀ ਲੈਣ ਦੇ ਲਈ ਭੇਜੇ ਸੀ, ਉਹ ਸਾਰੇ ਦੇ ਸਾਰੇ ਨਾਮ ਜਿਹੜੇ ਨੇ ਉਹ ਬੀਬੀ ਸਿੰਧੀਆ ਨੇ ਰਿਜੈਕਟ ਕਰਤੇ। ਪਰ ਇੰਨੀ ਗੱਲ ਜ਼ਰੂਰ ਹੈ ਜ਼ਮੀਨੀ ਪੱਧਰ ਦੇ ਉੱਤੇ ਕਿ ਜੇ ਅੱਜ ਦੀ ਤਰੀਕ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਜਾਣ, ਜੇ ਅੱਜ ਦੀ ਤਰੀਕ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਜਾਣ ਤਾਂ ਰਾਜਸਥਾਨ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਪੱਲੇ ਫੱਕਾ ਨਹੀਂ ਪੈਣਾ। ਕੋਈ 1 ਜਾਂ 2 ਜਾਂ 3 ਸੀਟਾਂ ਬੜੀ ਹੱਦ ਉਹ ਭਾਰਤੀ ਜਨਤਾ ਪਾਰਟੀ ਜਿੱਤ ਤਾਂ ਸਕਦੀ ਹੈ ਲੋਕ ਸਭਾ ਦੀਆਂ, ਪਰ ਉਹ ਵੀ ਆਪਣੇ ਬਲਬੂਤੇ ਜਿੱਤਣੀਆਂ ਪੈਣੀਆਂ ਤੇ ਬਾਕੀ ਸਾਰੇ ਦਾ ਸਾਰਾ ਜਿਹੜਾ
ਉਹ ਕਾਰ ਵਿਹਾਰ ਹੈ ਉਹ ਲੱਗਦਾ ਕਿ ਹੁਣ ਵਿਰੋਧੀ ਪਾਰਟੀਆਂ ਦੇ ਹਿੱਸੇ ਆਏਗਾ। ਇਸੇ ਕਰਕੇ ਭਾਰਤੀ ਜਨਤਾ ਪਾਰਟੀ ਚਿੰਤਤ ਹੈ ਕਿ ਪਿਛਲੀ ਵਾਰੀ ਇੱਥੇ ਦੀਆਂ ਸਾਰੀਆਂ ਲੋਕ ਸਭਾ ਦੀਆਂ ਸੀਟਾਂ ਸਾਡੇ ਕੋਲ ਆ ਗਈਆਂ ਸੀ, ਐਤਕੀ ਸਰਕਾਰ ਬਣੀ ਹੈ ਤਾਂ ਬੜੀ ਵੱਖਰੀ ਕਿਸਮ ਦੀ ਭਾਵਨਾ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ। ਉਹ ਕਹਿੰਦੇ ਕਿ ਹੁਣ ਜਦੋਂ ਸਰਕਾਰ ਬਣ ਗਈ ਸਾਰਾ ਕੁਝ ਹੋ ਗਿਆ ਤਾਂ ਉਹਦੇ ਤੋਂ ਬਾਅਦ ਅਸੀਂ ਏਦਾਂ ਦਾ ਕੰਮ ਚੰਗਾ ਨਹੀਂ ਕਰ ਸਕੇ ਜਿਹਦੇ ਨਾਲ ਕਿ ਸਾਨੂੰ ਦੁਬਾਰਾ ਜਿਹੜੀ ਉਹ ਸਰਕਾਰ ਬਣਾਉਣ ਦਾ ਕੋਈ ਮੌਕਾ ਮਿਲ ਸਕੇ। ਸੋ ਬੀਬੀ ਵਸੁੰਧਰਾ ਰਾਜੇ ਸਿੰਧੀਆ, ਵੱਡੀ ਮੁਸੀਬਤ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਲਈ ਬਣੀ ਹੈ। ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਮੁੱਖ ਮੰਤਰੀ ਦੇ ਕੁਰਸੀ ਤੇ ਬਿਠਾ ਕੇ ਰੱਖਣਾ ਪੈ ਰਿਹਾ, ਕਿੰਨੀ ਕੁ ਦੇਰ ਇਹ ਖਿੱਚੋਤਾਣ ਵਾਲੀ ਗੱਲ ਚੱਲੇਗੀ ਆਉਣ ਵਾਲਾ ਸਮਾਂ ਸਪਸ਼ਟ ਕਰੇਗਾ ਜੀ। ਤੇ ਆ ਇੱਕ ਨਵੀਂ ਕਿਸਮ ਦਾ ਨਸ਼ਾ ਆ ਗਿਆ ਜੀ, ਹੁਣ ਕਹਿੰਦੇ ਗੱਭਰੂਆਂ ਦੇ ਵਾਸਤੇ ਇਹੀ ਜਾਨਲੇਵਾ। ਸੁਖਨਾਬ ਜੀ, ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਉਹਦੇ ਇੱਕ ਅਧਿਕਾਰੀ ਨੇ DSP ਰੈਂਕ ਦੇ ਬਾਲ ਕ੍ਰਿਸ਼ਨ ਸਿੰਗਲਾ ਜੀ, ਉਹਨਾਂ ਨੇ ਹੁਣ ਇਸ ਗੱਲ ਦਾ ਖੁਲਾਸਾ ਕੀਤਾ। ਉਹ ਕਹਿੰਦੇ ਕਿ ਪੰਜਾਬ ਚ ਜਿਹੜੇ ਆ ਮੁੰਡੇ ਖੁੰਡੇ ਮਰਦੇ ਜਾਂਦੇ ਨਸ਼ੇ ਦੇ ਨਾਲ, ਉਹਦੇ ਬਾਬਤ ਅਸੀਂ ਕਹਿੰਦੇ ਬੜੇ ਗੰਭੀਰ ਆ ਤੇ ਜਾਂਚ ਪੜਤਾਲ ਕਰਾ ਰਹੇ ਹਾਂ ਕਿ ਆਖਿਰਕਾਰ ਪਹਿਲੀ ਗੱਲ ਇਹ ਨਸ਼ਾ ਕਿਹੜਾ ਜੀ, ਕਿਉਂਕਿ ਨਸ਼ਾ ਜੇ ਪਤਾ ਹੋਵੇ ਕਿਹੜਾ ਉਹਦੇ ਤੋਂ ਬਾਅਦ ਹੀ ਜੇ ਕਿਸੇ ਨੂੰ ਸਮੱਸਿਆ ਆਉਂਦੀ ਹੈ ਸਿਹਤ ਸੰਬੰਧੀ ਤਾਂ ਕੋਈ ਇਲਾਜ ਮਾੜਾ ਮੋਟਾ ਕੀਤਾ ਜਾ ਸਕਦਾ। ਹੁਣ ਪਤਾ ਹੀ ਲੱਗਿਆ ਸਪੈਸ਼ਲ ਟਾਸਕ ਫੋਰਸ ਨੂੰ ਕਿ ਹੈਰੋਇਨ ਤੇ ਸਮੈਕ ਵਰਗੇ ਨਸ਼ਿਆਂ ਦੇ ਵਿੱਚ ਇੱਕ ਨਵੀਂ ਕਿਸਮ ਦਾ ਘਾਤਕ ਨਸ਼ਾ ਪੰਜਾਬੀ ਗੱਭਰੂਆਂ ਦੀ ਜਾਨ ਲੈਣ ਦਾ ਸਬੱਬ ਬਣ ਰਿਹਾ ਤੇ ਨਾਮ ਹੈ ਇਸ ਨਸ਼ੇ ਦਾ ਕੱਟ। ਅਧਿਕਾਰੀਆਂ ਨੇ ਵੀ ਕਹਿ ਦਿੱਤਾ ਕਿ ਦਿੱਲੀ ਦੇ ਵਿੱਚ ਕੁਝ ਇੱਕ ਅਫਰੀਕੀ ਨੇ ਜਿਹੜੇ ਇਹ ਸਪਲਾਈ ਦਾ ਕੰਮ ਕਰਦੇ ਆ ਤੇ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਵੀ ਸਪਲਾਈ ਇਹੀ ਕਰਦੇ ਆ। ਇੱਕ ਪੁਲਿਸ ਅਧਿਕਾਰੀ ਨੇ ਇੱਥੇ ਤੱਕ ਦਾਅਵਾ ਕਰ ਦਿੱਤਾ ਹੋਰ ਨੇ, ਉਹ ਕਹਿੰਦੇ ਨਸ਼ਾ ਕਦੇ ਸ਼ੁੱਧ ਮਿਲਦਾ ਹੀ ਨਹੀਂ, ਨਸ਼ਾ ਸਪਲਾਈ ਕਰਨ ਵਾਲੇ ਬੰਦੇ ਹਰ ਪੱਧਰ ਦੇ ਉੱਤੇ ਆਪਣੇ ਹਿਸਾਬ ਦੇ ਨਾਲ ਵਿੱਚ ਮਿਲਾਵਟ ਕਰੀ ਜਾਂਦੇ ਆ ਚਾਰ ਪੈਸੇ ਜਿਹੜੇ ਨੇ ਉਹਨਾਂ ਨੂੰ ਪ੍ਰਯੋਗ ਕਰਨ ਦੇ ਲਈ। ਹੁਣ DSP ਬਾਲਕ੍ਰਿਸ਼ਨ ਸਿੰਗਲਾ ਨੇ ਵੀ ਦੱਸਿਆ, ਉਹ ਕਹਿੰਦੇ ਕਿ ਜਿਹੜੇ ਅਫਰੀਕੀ ਨਸ਼ਾ ਤਸਕਰ ਆ ਉਹ ਨਸ਼ੇ ਦੇ ਵਿੱਚ ਇੱਕ ਨਵੀਂ ਕਿਸਮ ਦਾ ਪਦਾਰਥ ਜਿਹੜਾ ਉਹ ਮਿਲਾਉਣ ਲੱਗ ਪੈਂਦੇ ਆ ਜਿਹੜਾ ਕਿ ਬਹੁਤ ਬੁਰੇ ਤਰੀਕੇ ਦੇ ਨਾਲ ਸਾਨੂੰ ਜਿਹੜਾ ਉਹ ਅਜੀਬੋ ਗਰੀਬ ਸਥਿਤੀ ਅੰਦਰਲੇ ਪਾਸੋਂ ਕਰ ਦਿੰਦਾ। ਹੁਣ ਇਹ ਵੀ ਕਹਿ ਦਿੱਤਾ SCF ਨੇ ਕਹਿੰਦੇ ਨਸ਼ੇ ਦੇ ਜਿਹੜੇ ਨਮੂਨੇ ਨੇ ਉਹਨਾਂ ਨੂੰ ਫੋਰੈਂਸਿਕ ਲੈਬੋਰਟਰੀ ਵਿੱਚ ਭੇਜਿਆ ਗਿਆ, ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋ ਜਾਏਗਾ ਕਿ ਇਹਨਾਂ ਦੇ ਵਿੱਚੋਂ ਕਿੰਨੇ ਕੁ ਨੌਜਵਾਨ ਜਿਹੜੇ ਨੇ ਉਹ ਨਵੀਂ ਕਿਸਮ ਦਾ ਜਿਹੜਾ ਨਸ਼ਾ ਕੱਟ ਉਧਰਲੇ ਪਾਸੇ ਪ੍ਰਭਾਵਿਤ ਹੁੰਦੇ ਆ ਤੇ ਕਿੰਨੇ ਕੁ ਜਿਹੜੇ ਨੇ ਉਹ ਦੂਸਰੇ ਪਾਸੇ ਨੂੰ ਜਿਹੜਾ ਉਹ ਤੁਰ ਪੈਂਦੇ ਆ। ਪਰ ਇੰਨੀ ਗੱਲ ਜ਼ਰੂਰ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿੰਨੀਆਂ ਵੱਧ ਮੌਤਾਂ ਨਸ਼ੇ ਵਰਗੀ ਅਲਾਮਤ ਦੇ ਕਰਕੇ ਹੋ ਰਹੀਆਂ ਉਹਦੇ ਕਰਕੇ ਲੋਕ ਬਹੁਤ ਚਿੰਤਿਤ ਨੇ ਕਿ ਭਾਈ ਅਸੀਂ ਕਿਹੜੀ ਗੱਲ ਹੋ ਗਈ ਕਿ ਨਸ਼ਾ ਕਰਦਿਆਂ ਕਰਦਿਆਂ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹਨਾਂ ਦੀਆਂ ਲਾਸ਼ਾਂ ਲੱਭਣ ਲੱਗ ਪਈਆਂ ਤੇ ਸਰਿੰਜਾਂ ਜਾਂ ਤਾਂ ਉਹਨਾਂ ਦੇ ਹੱਥ 'ਚ ਹੁੰਦੀਆਂ ਤੇ ਜਾਂ ਨਾੜ ਦੇ ਵਿੱਚ ਖੁੱਭੀਆਂ ਹੋਈਆਂ ਜੀ। ਵੜ ਸਾਹਿਬ, ਸੁਰਿੰਦਰ ਸਿੰਗਲਾ ਕਾਂਗਰਸ ਦੇ ਅਹਿਮ ਆਗੂ ਸੀ, ਵਿੱਤ ਮੰਤਰੀ ਰਹੇ ਆ ਪੰਜਾਬ ਦੇ, ਅੱਜ ਅਲਵਿਦਾ ਕਹਿ ਗਿਆ ਜੀ ਦੁਨੀਆਂ ਨੂੰ। ਸੁਖਨਾਬ ਜੀ, ਦਿੱਲੀ ਦੇ ਵਿੱਚ ਦਿਲ ਦਾ ਦੌਰਾ ਪਿਆ ਸੁਰਿੰਦਰ ਸਿੰਗਲਾ ਸਾਹਿਬ ਨੂੰ, ਮੌਤ ਹੋ ਗਈ। ਕੱਲ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਾਰੇ ਪੰਜਾਬ ਦੇ ਵਿੱਚ ਉਹਨਾਂ ਦੀ ਮੌਤ ਦੇ ਕਰਕੇ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਤੇ ਸਵੇਰੇ 11 ਵਜੇ ਦਿੱਲੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਹੋਣਾ। ਕੌਣ ਸੀ ਸੁਰਿੰਦਰ ਸਿੰਗਲਾ? ਕਾਂਗਰਸ ਪਾਰਟੀ ਦੇ ਬਹੁਤ ਵੱਡੇ ਲੀਡਰ ਜਿਹੜੇ ਕਿ 1992 ਤੋਂ ਲੈ ਕੇ 1998 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ਉਹਦੇ ਤੋਂ ਬਾਅਦ 2002 ਦੇ ਵਿੱਚ ਵਿਧਾਨ ਸਭਾ ਦੀ ਲੋੜ ਚੋਣ ਜਿਹੜੀ ਆ ਜਦੋਂ ਲੜੀ ਆਪਣੀ ਲੋੜ ਦੇ ਲਈ, ਉਹਦੇ ਵਿੱਚ ਜੇਤੂ ਰਹੇ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ। ਉਹਨਾਂ ਨੇ ਵਿੱਤ ਮੰਤਰਾਲੇ ਦਾ ਭਾਰ ਸੁਰਿੰਦਰ ਸਿੰਗਲਾ ਸਾਹਿਬ ਦੇ ਮੋਢਿਆਂ ਤੇ ਪਾਇਆ। ਕਿੰਨੇ ਕੁ ਸਫਲ ਹੋਏ, ਕਿੰਨੇ ਕੁ ਅਸਫਲ ਹੋਏ, ਇਹ ਪੰਜਾਬ ਦੇ ਲੋਕ ਰੇਡੀਓ ਚੰਨ ਪ੍ਰਦੇਸੀ ਦੇ ਸਰੋਤੇ ਭਲੀ ਭਾਂਤ ਜਾਣਦੇ ਆ। ਜਦੋਂ ਪਿਛਲੇ ਵਾਰੇ 2017 ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸੀ, ਸਿੰਗਲਾ ਸਾਹਿਬ ਫਿਰ ਆ ਗਿਆ ਕਿ ਮੈਨੂੰ ਟਿਕਟ ਦਿਓ। ਕਪਤਾਨ ਸਾਹਿਬ ਚਾਹੁੰਦੇ ਵੀ ਸੀ ਕਿ ਭਾਈ ਪੁਰਾਣੇ ਬੰਦੇ ਨੇ, ਸਿੰਗਲਾ ਸਾਹਿਬ ਨੂੰ ਟਿਕਟ ਦੇ ਦਈਏ, ਪਰ ਏਦਾਂ ਨਹੀਂ ਹੋਇਆ। ਮਨਪ੍ਰੀਤ ਬਾਦਲ ਵਾਇਆ ਦਿੱਲੀ ਹੋ ਕੇ ਕਾਂਗਰਸ ਪਾਰਟੀ ਸ਼ਾਮਲ ਹੋਇਆ ਸੀ। ਮਨਪ੍ਰੀਤ ਸਿੰਘ ਬਾਦਲ ਦੁਬਾਰਾ ਹੁਣ ਉਸੇ ਕਾਂਗਰਸ ਪਾਰਟੀ ਦੀ ਟਿਕਟ ਲੈ ਗਿਆ ਸੀ ਬਠਿੰਡਾ ਸ਼ਹਿਰੀ ਤੋਂ, ਇਸ ਕਰਕੇ ਸੁਰਿੰਦਰ ਸਿੰਗਲਾ ਦਾ ਪੱਤਾ ਕੱਟਿਆ ਗਿਆ। ਇਹਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦਾ ਕਿਤੇ ਨਾ ਕਿਤੇ ਤੇਹ ਤੇ ਮੋਹ ਜਿਹੜਾ ਉਹ ਸੁਰਿੰਦਰ ਸਿੰਗਲਾ ਸਾਹਿਬ ਦੇ ਨਾਲ ਬਰਕਰਾਰ ਰਿਹਾ। ਐਤਕੀ ਤਾਂ ਯਤਨ ਏਦਾਂ ਦੇ ਵੀ ਕੀਤੇ ਜਾ ਰਹੇ ਸੀ ਕਪਤਾਨ ਸਾਹਿਬ ਵੱਲੋਂ ਕਿ ਜੇ ਹੋ ਸਕਦਾ ਹੈ, ਜੇ ਸੰਭਵ ਹੈ ਤਾਂ ਫਿਰ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉਹ ਕਹਿੰਦੇ ਸੀ ਕਿ ਭਾਈ ਲੋਕ ਸਭਾ ਦੀ ਚੋਣ ਜਿਹੜੀ ਹੈ ਆਪਾਂ ਬਠਿੰਡਾ ਹਲਕੇ ਤੋਂ ਸੁਰਿੰਦਰ ਸਿੰਗਲਾ ਸਾਹਿਬ ਨੂੰ ਲੜਾ ਦੇਣੀ ਹੈ। ਐਡਜਸਟ ਹੋ ਜਾਣਾ ਸੀ ਉਹਨਾਂ ਨੇ, ਪਰ ਉਸ ਚੋਣ ਤੋਂ ਪਹਿਲਾਂ ਪਹਿਲਾਂ ਹੀ ਸੁਰਿੰਦਰ ਸਿੰਗਲਾ ਸਾਹਿਬ ਦਾ ਦੇਹਾਂਤ ਹੋ ਗਿਆ ਤੇ ਵੇਖਦੇ ਹਾਂ ਕਿ ਇਸ ਦੇਹਾਂਤ ਤੋਂ ਬਾਅਦ ਉਹਨਾਂ ਦੇ ਜਿਹੜਾ ਆਪਣਾ ਹਲਕਾ ਹੈ ਉਸ ਵਿਧਾਨ ਸਭਾ ਹਲਕੇ ਦੇ ਵਿੱਚ ਜਾਂ ਉਸ ਲੋਕ ਸਭਾ ਹਲਕੇ ਦੇ ਵਿੱਚ ਸਰਗਰਮੀਆਂ ਕੌਣ ਕਰੇਗਾ। ਪਰ ਮੈਂ ਇਹ ਗੱਲ ਦੱਸਿਆ ਕਿ ਸੁਰਿੰਦਰ ਸਿੰਗਲਾ ਕਦੇ ਵੀ ਬਹੁਤਾ ਪੰਜਾਬ ਚ ਨਹੀਂ ਸੀ ਵਿਚਰੇ, ਮੁੱਖ ਜਿਹੜੀਆਂ ਘਟਨਾਵਾਂ ਸੀ ਉਹਦੇ ਤੋਂ ਬਾਅਦ ਹੀ ਆਉਂਦੇ ਸੀ ਤੇ ਇਸ ਵੇਲੇ ਮੋਟਾ ਜਿਹਾ ਇੱਕ ਜਿਹੜਾ ਉਹ ਪਰਦਾ ਬਣਿਆ ਹੋਇਆ
ਉਹ ਪਰਦਾ ਕੀਤਾ ਹੋਇਆ ਕਿ ਭਾਈ ਕਿੱਧਰਲੇ ਪਾਸੇ ਨੂੰ ਗੱਲ ਜਾਏਗੀ। ਪਰ ਇੰਨੀ ਗੱਲ ਜ਼ਰੂਰ ਹੈ ਕਿ ਸਿੰਗਲਾ ਸਾਹਿਬ ਜਿਹੜੇ ਨੇ ਵਿੱਤ ਮੰਤਰੀ ਦੇ ਤੌਰ ਤੇ ਵੀ ਕਪਤਾਨ ਸਾਹਿਬ ਦੇ ਨੇੜੇ ਸੀ, ਉਹਦੇ ਤੋਂ ਬਾਅਦ ਵੀ ਨੇੜੇ ਰਹੇ ਤੇ ਹੁਣ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਹਲਕਿਆਂ ਦੇ ਵਿੱਚ ਸਿਆਸੀ ਲੜਾਈ ਕਿਸੇ ਹੋਰ ਦੌਰ ਚ ਪੁੱਜੇਗੀ। ਜੀ ਤੇ ਬਾਠ ਸਾਹਿਬ, ਇੱਕ ਵਾਰ ਅਸੀਂ ਲੈਂਦੇ ਹਾਂ ਜੀ ਬ੍ਰੇਕ, ਖਬਰਾਂ ਸਾਰਾ ਜਿਹੜੀਆਂ ਖਾਸ ਖਾਸ ਉਹਨਾਂ ਤੇ ਪੈ ਗਈ ਹੈ ਚਾਤ। ਹੁਣ ਕੋਈ ਸਰੋਤਾ ਸੱਜਣ ਸਾਡੇ ਨਾਲ ਜੁੜਨਾ ਚਾਹੇ ਤਾਂ ਬ੍ਰੇਕ ਤੋਂ ਬਾਅਦ ਕੋਈ ਸਵਾਲ ਲੈ ਕੇ ਸ਼ਾਮਲ ਹੋ ਸਕਦਾ।